जस टीवी देख रहे हो तुसी, मैं केपी सिंह टूडा पॉइंट विच तुहाडा स्वागत करता हां। पंजाब दे मुख सकत्तर करण अवतार सिंह अते पंजाब दी कैबिनेट दे विचाले बहुत सारे सवाल खड़े हो गए। इन्हां सवालों दे विचाले कोरोना संकट नाल उलझना सी, पर शराब दी पॉलिसी नूं लैके उस ते सवाल खड़े होए। ते इन्हां सवालों दे विचाले बहुत सारे सवाल ये खड़े हो गए कि करण अवतार सिंह नूं हुण अहुदे ते रहना चाहिए कि नहीं रहना चाहिए, कि मंत्री ने स्टैंड ते खड़े रहना चाहिए कि नहीं चाहिए। कैप्टन अमरिंदर सिंह पंजाब के मुख्यमंत्री वो की सोचते हैं क्या है, तो पंजाब के मुख्यमंत्री कैप्टन अमरिंदर सिंह के विरुद्ध हमेशा मोर्चा खोलने वाले प्रताप सिंह बाजवा की सोच रहे हैं। इस करके प्रताप सिंह बाजवा हरों सद्या तो सवाल एक पूछा जाएगा, करण ते कैबिनेट चो किसता प्रताप। ਵੱਡਾ ਸਵਾਲ ਇਸ ਚਰਚਾ ਵਿੱਚ ਇੱਕੋ ਪੁੱਛਿਆ ਜਾਵੇਗਾ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਕਰਨ ਤੇ ਕਰੋਨਾ ਸੰਕਟ ਵਿੱਚ ਉਲਝੀ ਕੈਬਨਿਟ ਨੇ ਕੈਪਟਨ ਹੱਥ ਪੰਜਾਬ ਦੀ ਕਿਹੜੀ ਚਾਬੀ ਸੌਂਪੀ। ਇਸ ਸਵਾਲ ਤੇ ਚਰਚਾ ਕਰਾਂਗੇ। ਸਾਡਾ ਮੌਜੂਦ ਨੇ ਮਹਿਮਾਨ ਪ੍ਰਤਾਪ ਸਿੰਘ ਬਾਜਵਾ, ਮੈਂਬਰ ਰਾਜ ਸਭਾ, ਸਾਬਕਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ। ਇਸ ਤੋਂ ਇਲਾਵਾ ਕਈ ਮੁੱਖ ਮੰਤਰੀਆਂ ਨਾਲ, ਤਕਰੀਬਨ 4 ਮੁੱਖ ਮੰਤਰੀਆਂ ਨਾਲ ਕੈਬਨਿਟ ਅਹੁਦਿਆਂ 'ਤੇ ਰਹੇ ਆ, ਅਤੇ ਬਾਜਵਾ ਸਾਹਿਬ ਹਮੇਸ਼ਾ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਵਾਲੇ ਮੰਨੇ ਜਾਂਦੇ ਆ, ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਜਦੋਂ ਮੌਕਾ ਮਿਲਦਾ ਤਾਂ ਉਹ ਛੱਡਦੇ ਨਹੀਂ ਗਏ। ਪ੍ਰਤਾਪ ਸਿੰਘ ਬਾਜਵਾ, ਤੁਹਾਡਾ ਬਹੁਤ ਸਵਾਗਤ ਹੈ ਸਰ। ਮਿਹਰਬਾਨੀ ਤੁਹਾਡੀ ਜੀ, ਕੇਪੀ ਸਿੰਘ। ਬਾਜਵਾ ਸਾਹਿਬ, ਇਹ ਮੁੱਖ ਸਕੱਤਰ ਵਾਲਾ ਅਤੇ ਵਜ਼ੀਰਾਂ ਦੇ ਵਿਚਾਲੇ ਜਿਹੜਾ ਵਿਵਾਦ ਹੈਗਾ, ਇਸ ਨੂੰ ਅਸੀਂ ਕੰਸਟੀਟਿਊਸ਼ਨਲ ਬ੍ਰੇਕਡਾਊਨ ਮੰਨੀਏ ਕੀ ਮੰਨੀਏ? ਕੋਈ ਕੇਪੀ 'ਚ ਕੋਈ ਕੋਨਸਟੀਟਿਊਸ਼ਨਲ ਨਾ ਬ੍ਰੇਕਡਾਊਨ ਹੈ ਨਾ ਕੋਈ ਇਸ ਕਿਸਮ ਦੀ ਗੱਲ ਹੈ। ਗੱਲ ਇਹ ਐਟੀਚਿਊਡ ਦੀ ਪ੍ਰੋਬਲਮ ਹੈ। ਵੇਖੋ, ਪਿਛਲੇ 3 ਸਾਲ ਤੋਂ ਲਗਾਤਾਰ, ਪਹਿਲੇ ਤਾਂ ਮੈਂ ਇਕੱਲਾ ਕਹਿੰਦਾ ਸੀ, ਫਿਰ ਆਹਿਸਤਾ ਆਹਿਸਤਾ ਕਾਂਗਰਸ ਦਾ ਕਾਡਰ ਕਹਿਣ ਲੱਗਾ, ਫਿਰ ਵਰਕਰ ਸ਼ੁਰੂ ਕਰ ਦਿੱਤਾ ਕਹਿਣਾ, ਫਿਰ MLAs ਨੇ ਗੁਹਾਰ ਪਾਈ, ਅਤੇ ਹੁਣ ਮੰਤਰੀ ਇੱਥੋਂ ਤੱਕ ਹਾਲਾਤ ਪਹੁੰਚ ਗਏ ਬਾਈ ਦੀ ਐਂਡ ਆਫ ਦੀ 3rd ਈਅਰ ਕਿ ਮੰਤਰੀਆਂ ਨੂੰ ਮਜਬੂਰੀ ਦੇ ਨਾਲ ਇੱਕ ਪ੍ਰੀ ਕੈਬਨਿਟ ਮੀਟਿੰਗ ਜਿਹੜੀ ਸੀ, ਜਿਹਦੇ ਵਿੱਚ ਚਰਚਾ ਐਕਸਾਈਜ਼ ਡਿਪਾਰਟਮੈਂਟ ਦੇ ਠੇਕਿਆਂ ਦੇ ਡਿਪਾਰਟਮੈਂਟ ਨਾਲ ਹੋਣੀ ਸੀ, ਪੋਲਿਸੀ ਤੇ ਚਰਚਾ ਕਰਨ 'ਚ ਜਦੋਂ ਐਟੀਚਿਊਡ ਵੇਖਿਆ ਚੀਫ ਸੈਕਟਰੀ ਦਾ, ਉਹਨਾਂ ਨੂੰ ਆਪਣੀ ਇੱਜ਼ਤ ਬਚਾਉਣ ਵਾਸਤੇ ਇੱਕੋ ਹੀ ਤੌਰ ਤਰੀਕਾ ਲੱਭਾ ਕਿ ਜੇ ਇੱਥੇ ਬੈਠਾਂਗੇ ਤਾਂ ਪੈਸਾ ਵਸਾਈ ਵਧੇਗੀ, ਇਹਦੇ ਨਾਲ ਬੈਠ ਕੇ ਚੁੱਪ ਹੋ ਕੇ ਆਪਾਂ ਇਸ ਕੈਬਨਿਟ ਦੀ ਮੀਟਿੰਗ 'ਚੋਂ ਉੱਠ ਕੇ ਬਾਹਰ ਨਿਕਲ ਚੱਲੀਏ। ਸੋ ਆਹ ਉੱਥੇ ਪੋਜੀਸ਼ਨ ਬਣੀ, ਕੋਈ ਕੋਨਸਟੀਟਿਊਸ਼ਨਲ ਬ੍ਰੇਕਡਾਊਨ ਵਾਲੀ ਗੱਲ ਨਹੀਂ। ਇਸ ਕਿਸਮ ਦੇ ਹਾਲਾਤ ਬਣੇ ਰਹਿੰਦੇ ਆ ਦਿੱਲੀ ਵਿੱਚ ਵੀ। ਮੈਂ ਪਿੱਛੇ ਤੁਹਾਨੂੰ ਦੱਸਣਾ ਚਾਹੁੰਦਾ, ਕੋਈ ਸਾਲ ਪਹਿਲੇ ਕੇਜਰੀਵਾਲ ਸਾਹਿਬ ਦੇ ਸਾਰੇ ਅਫਸਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਕੰਮ ਹੀ ਨਹੀਂ ਕਰਨਾ ਜੀ। ਤਕਰੀਬਨ 1 ਮਹੀਨਾ ਇਹੋ ਜਿਹਾ ਟਾਈਮ ਰਿਹਾ ਕਿ ਜਦੋਂ ਚੀਫ ਮਿਨਿਸਟਰ ਬੁਲਾਉਂਦਾ ਸੀ ਤਾਂ ਸੈਕਟਰੀ ਕੋਈ ਨਹੀਂ ਸੀ ਜਾਂਦਾ। ਸੋ ਇਸ ਕਿਸਮ ਦੇ ਹਾਲਾਤ ਚੱਲਦੇ ਰਹਿੰਦੇ ਸਰਕਾਰਾਂ ਦੇ ਸਾਹਮਣੇ। ਬਟ ਦਿਸ ਇਜ਼ ਨੋਟ ਅ ਮੇਜਰ ਕ੍ਰਾਈਸਿਸ, ਦਿਸ ਇਜ਼ ਅ ਮਾਈਨਰ ਕ੍ਰਾਈਸਿਸ। ਬਟ ਮੇਜਰ ਕ੍ਰਾਈਸਿਸ ਇਹ ਹੈ ਕਿ ਕਾਂਗਰਸ ਗੁਹਾਰ ਪਾ ਰਹੀ ਹੈ, ਮੰਤਰੀ ਗੁਹਾਰ ਪਾ ਰਹੇ ਨੇ ਆਪਣੇ ਕਪਤਾਨ ਨੂੰ ਕਿ ਕਪਤਾਨ ਸਾਹਿਬ ਸਾਡੀ ਗੱਲ ਸੁਣੋ, ਇਸ ਗੱਡੀ ਦੀ ਵਾਗਡੋਰ ਜਿਹੜੀ ਕਾਰ ਹੈ ਇਹਦਾ ਸਟੀਅਰਿੰਗ ਪੋਲੀਟੀਕਲ ਲੋਕਾਂ ਦੇ ਹੱਥ 'ਚ ਹੋਣਾ ਚਾਹੀਦਾ, ਬਿਊਰੋਕਰੈਟਸ ਦੇ ਹੱਥਾਂ 'ਚ, ਅਫਸਰ ਸ਼ਾਹੀ ਦੇ ਹੱਥ 'ਚ ਨਹੀਂ ਹੋਣਾ ਚਾਹੀਦਾ। ਗੱਲ ਬਸ ਇੰਨੀ ਦਾ ਫਰਕ ਹੈ। ਬਾਜਵਾ ਸਾਹਿਬ, ਕੈਪਟਨ ਸਾਹਿਬ ਦੇ ਉਹ ਤਾਂ ਅੱਖਾਂ ਦੇ ਤਾਰੇ ਆ, ਇੰਨੀ ਦੇਰ ਉਹਨਾਂ 'ਤੇ ਵਿਸ਼ਵਾਸ ਰੱਖਿਆ ਉਹਨਾਂ ਨੇ, ਉਹਨਾਂ ਤੋਂ ਬਿਨਾਂ ਉਹਨਾਂ ਦਾ ਕੰਮ ਨਹੀਂ ਚੱਲਦਾ ਗਾ। ਤੁਹਾਨੂੰ ਕੀ ਲੱਗਦਾ ਕਿ ਕੈਪਟਨ ਸਾਹਿਬ ਮੰਤਰੀਆਂ ਦੀ ਗੱਲ ਮੰਨਣਗੇ ਜਾਂ ਤੁਸੀਂ ਜਿਹੜੇ ਗੱਲਾਂ ਕਹਿ ਰਹੇ ਹੋ ਤੁਹਾਡੀ ਗੱਲ ਮੰਨਣਗੇ? ਦੇਖੋ, ਮੇਰੀ ਤਾਂ ਸ਼ਾਇਦ ਨਾ ਮੰਨਣ, ਬਟ ਮੰਤਰੀਆਂ ਦੀ ਜ਼ਰੂਰ ਮੰਨਣਗੇ, ਇਹ ਮੈਨੂੰ ਇਹ ਪੂਰਨ ਵਿਸ਼ਵਾਸ ਹੈ। ਉਹਨਾਂ ਦੇ ਕੁਲੀਗਸ ਨੇ, ਉਹਨਾਂ ਦੇ ਬਣਾਏ ਕੈਬਨਿਟ ਦੇ ਮਿਨਿਸਟਰ, ਇਹ ਕਿਤੇ ਹੋਰੋਂ ਨਹੀਂ ਆਏ, ਇਹ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਪਾਰਟੀ ਹਾਈਕਮਾਂਡ ਦੇ ਚੁਣੇ ਹੋਏ ਨੁਮਾਇੰਦੇ ਨੇ। ਅਤੇ ਐਤਕੀ ਸਾਰੇ ਮੰਤਰੀਆਂ ਨੇ ਅੱਜ ਇਹ ਗੱਲ ਫੈਸਲਾ ਕੀਤਾ ਕਿ ਜੇ ਕੋਈ ਵੀ ਅਗਲੀ ਮੀਟਿੰਗ ਵਿੱਚ ਮੌਜੂਦਾ ਜਿਹੜੇ ਕਰਨ ਅਵਤਾਰ ਸਿੰਘ ਚੀਫ ਸੈਕਟਰੀ ਨੇ, ਜੇ ਇਹ ਅਟੈਂਡ ਕਰਨਗੇ, ਮੰਤਰੀ ਨਹੀਂ ਕਰਨਗੇ। ਸੋ ਇਹਦਾ ਫੈਸਲਾ ਹੁਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਰਨਾ ਹੈ ਕਿ ਕੀ ਉਹਨਾਂ ਨੇ ਆਪਣੇ ਸਾਥੀਆਂ ਨਾਲ, ਮੰਤਰੀਆਂ ਨਾਲ ਖਲੋਣਾ, ਕਿ ਜਿਹੜੇ ਉਹਨਾਂ ਦੇ ਜਿਸ ਤਰ੍ਹਾਂ ਤੁਸੀਂ ਅੱਖ ਦੇ ਤਾਰੇ ਦੱਸ ਰਹੇ ਹੋ, ਜਿਹੜੇ ਬਿਊਰੋਕਰੈਟ ਨੇ ਜਾਂ ਜਿਹੜੇ ਉਹਨਾਂ ਦੇ ਮੈਂ ਸਮਝਣਾ ਆਲੇ ਦੁਆਲੇ ਘੁੰਮਣ ਵਾਲੇ ਲੋਕ ਨੇ, ਕੀ ਇਹਨਾਂ ਨਾਲ ਖਲੋਣਾ, ਇਹ ਤੇ ਫੈਸਲਾ ਹੁਣ ਐਜ਼ ਅ ਮੈਟਰ ਆਫ ਪੋਲਿਸੀ ਕਰਨਾ ਪੈਣਾ ਜਿਹੜੇ ਟੀਮ ਦੇ ਕੈਪਟਨ ਨੇ ਉਹਨਾਂ। ਸਰ, ਉਹ 3-3.5 ਸਾਲ ਚੰਗੇ ਰਹੇ ਆ, ਅਤੇ ਹੁਣ 3 ਮਹੀਨੇ ਉਹਨਾਂ ਦੇ ਰਿਟਾਇਰਮੈਂਟ ਦੇ ਰਹਿ ਗਏ ਆ, ਅਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਉਹ ਚੰਗੇ ਨਹੀਂ ਹੈਗੇ, ਉਹਨਾਂ ਦੀ ਬਾਡੀ ਲੈਂਗੁਏਜ ਚੰਗੀ ਨਹੀਂ ਹੈਗੀ, ਮਨਪ੍ਰੀਤ ਬਾਦਲੇ ਗੱਲ ਕਹਿ ਰਹੇ ਆ, ਇਹ ਹੁਣ ਚੇਤੇ ਆਇਆ ਜਾਂ ਕੋਈ ਮਸਲਾ ਹੋਰ ਆ ਕੋਈ ਸਰ ਵਿੱਚ?
नहीं मसला वेखो मसला इहदे विच इह सी कि पहली बार होया कि चीफ सैकटरी जिहड़े ने वह सारी ब्यूरोक्रेसी के अफसरशाही के बॉस होंगे हैड होंगे जैसा चीफ मिनिस्टर हैड स्टेट का तो अफसरशाही के हैड चीफ सैकटरी बट चीफ सैकटरी ने ऐतकी अजीबो गरीब खेड की कि हमेशा फाइनैशियल कमिश्नर एक्साइज का होंदा सी इस महकमे से फाइनैशियल कमिश्नर होंदा सी वह भी महकमा इस टाइम जिहड़ा है डिपार्टमेंट चीफ सैकटरी साहब को अज ही सवेरे साढ़े एक MLA ने पंजाब के उन्होंने बड़ा संगीन इल्जाम लगाया चीफ सैकटरी साहब पर कि चीफ सैकटरी साहब सानू इस गल की इतलाह मिली है कि तुहाडा साहबजादा जिहड़ा तुहाडा लड़का ये कोई डिस्टिलरी है कपूरथले हमीदा डिस्टिलरी उहदे विच उत्थों दे वड्डे ठेकेदार ने जे रन करते हैं जे डिस्टिलरी नूं चलांदे ने वह नाल वड्डे पंजाब के शराब के ठेकेदार भी ने कोई मिस्टर सिंगला ने कि उन्होंने नाल कोई साइलेंट पार्टनर ने या उन्होंने इंटरस्ट प्रोटेक्ट करते हैं या जो ये बनती पॉलिसी एक्साइज की उहदे विच भी उन्हों का कोई नुमाया रोल है सो ये एक बड़ा सीरियस चार्ज है ये KPG चार्ज है कॉन्फ्लिक्ट ऑफ इंटरस्ट इन कहते कि जे कोई आदमी इंचार्ज होए अपना साहबजादा या उसके परिवार के मैंबर उस महकमे च कोई काम करते हो तेनू एक नॉन प्रोफेशनल गिणिया जाता है एक बहुत वड्डा एक जिहड़ा है उन्होंने उत्ते इल्जाम लग्या तो इस इल्जाम चीफ मिनिस्टर साहब नू विद इन ए डे और टू इनक्वायरी बिठा के पता करके चीफ सैकटरी साहब नू खुद बुलाण उन्होंने पूछण जे इल्जाम साबित हो जाए तो चीफ सैकटरी साहब नू आराम नाल मार्चिंग ऑर्डर दे देने चाहिए या इनू खंडन करन दोनों च एक काम जरूर इन्हां नू जल्दी तो जल्दी करना चाहिए तो ये कारण मैं तुहानू KPG दसना चाहना तुहाडे सुनने वाले स्रोतियां नू कारण मिनिस्टर की बहस का यह होया मिनिस्टर्स ने गल कही जदों ये बहस शुरू हुई कि हर साल तुसी पॉलिसी लेके आते हो तुसी साडे दे कोलों मोहर लवा लैंदे हो तुसी एक टारगेट देंदे हो हर साल के जी इस साल आ ठेके इन्ने च नलाम होए ने उहदा मतलब हुंदा कि गवर्नमेंट नूं इन्ने पैसे साल बाद आणगे पहले साल च KPG इहदे विच 600 करोड़ रुपया घटिया ठेकिया जिहड़ा टारगेट सी उहदे तों 600 करोड़ फिर दूजे साल च 1000 करोड़ घट गया हुण तीजे साल दे विच तकरीबन फाइनेंस मिनिस्टर का कहना कि जिस हिसाब नाल तौर तरीका चल रहा मैनू यह नजर आता 2000 करोड़ रुपया घट जाए एक बहुत वड्डी स्टेटमेंट है क्योंकि टोटल ठेके जिहड़े ने पंजाब ये 1200 करोड़ रुपए के नीलाम होंगे उहदा मतलब 1/3 तुहाडा एक्साइज का जिहड़ा रेवन्यू आना उहदे उह टारगेट अचीव नहीं करना जे हुण मिनिस्टरां ने इक्को गल कही कि चीफ सैकटरी साहब ये दसो कि इहदा जिम्मेवार कौन है कि तुसी इहदे ते कोई आदमी फिक्स किया जे ते रिस्पोंसिबिलिटी असी फिक्स करांगे इस गल उत्ते जिहड़े चीफ सैकटरी साहब सी उन्हां दा जिहड़ा एटीट्यूड सी जां जो तौर तरीका सी मिनिस्टरां नूं जवाब देण दा उत्थों ऐ उन्हां नूं नज़र आया कि सानूं इज्जत मान ते सन्मान नहीं दिता गया जिस कारण वह अपनी इज्जत बचाने वास्ते उत्थों उठ के आ गए सो दिस ये सारा एक जिहड़ा बेसिक इन शॉर्ट दे विच मैं तुहानूं सारी गल की जी है निचोड़ कट के दिता है चलो एक छोटा जहा ब्रेक लाऊंगा बाया साहब वापस आऊँगा मैं तुहाडे कोले सवाल यह भी होगा कि अफसरशाही सियासत ते हावी है ज माफिया राज इस ते किस तरीके कांग्रेस के आगू बोलना चाहते हैं ज बोलना नहीं चाह रहे जो दबी जवान बोल रहे हैं पर खुल के बोल क्यों नहीं पा रहे सवाल बहुत सारे है करण ते कैबिनेट चो किस दा प्रताप ब्रेक तो वापस आ रहे जनाब कि करण ते कोरोना संकट वे उलझे कैबिनेट ने कैप्टन हथ पंजाब की कि चाबी सौंपी बायो साहब एक फिर ब्रेक तो बाद स्वागत कर रहे हैं बायो साहब सवाल यह है कि अफसरशाही सियासत ते हावी है जां माफिया राज हावी है मैं तो कुछ इस गल का मैनू पूरा इलम है नहीं कि कौन हावी है बट अफसर जरूर इस मौजूदा सरकार साड़ी वाली ते ज्यादा गलबा अफसरां दा रहा बाकी गल तुसी किसी होर नूं पुछ लिओ उहदा ते मैं जवाब शायद ना दे सकां बट ये जरूर है कि अफसर जिहड़े राजी ने ते अफसरां नाल किहदी किहदी सूत्र ये मैं कुछ कह नहीं सकदा सर माफिया राज है पंजाब च ये तो कोई दो राय नहीं कुछ ना कुछ जिहड़ा पुराने अकालियां ने छड्या अजे उहनां दीआं यादगारां अजे इत्थे जिंदा है सर माफिया राज जे तुसी कह रहे हो जिंदा तो उसनों सपोर्ट कौन कर रहा सर कोई सिस्टम चो ही सपोर्ट आती होएगी बिना सिस्टम तो कोई माफिया एग्जिस्ट कर ही नहीं सकता
अफसरशाही सपोर्ट कर रही है जां सियासी जमात सपोर्ट कर रही है? नहीं, मैनू तो अफसरशाही ज्यादा लगती है, ता ही अफसर हावी ने। जे पॉलिटिशियन हावी होंगे तो पॉलिटिशियनों के खिलाफ रौला पैना सी। जे अफसर, जे इस टाइम मिनिस्टर, MLA, कांग्रेस का काडर, कांग्रेस के वर्कर, कांग्रेस के MP सरकार ये गल कह रहे हैं, मतलब की है? तुम समझ की कोशिश करो ना। मतलब ये है कि जेडे भी इतने वैसटिड इंट्रस्ट है, जिन्होंने तुम माफिया कहते हो, मैं वैसटिड इंट्रस्ट कहना, जो हावी ने सूबे के इंट्रस्ट न समझो नज़रअंदाज किया जा रहा है, वो ये जे अफसर ने इन्हों का प्राइमरली उन्होंने इंट्रस्ट कितना कितने जुड़ता है। जिस तरह इस केस के मैं तुम दसिया कि साढ़े एक MLA ने अज ही एड्डा सीरियस चार्ज लगाया जिदी इमीजिएटली इन्वेस्टिगेशन होनी चाहिए। इन्वेस्टिगेशन जो ठीक साबित होए तो इन्हों मार्चिंग ऑर्डर देने चाहिए ने। तो नाल जो पंजाब पै रहा घाटा वह कोई जिम्मेवार आदमी जोड़ा वो तो कार्रवाई जरूर होनी चाहिए, कानूनी कार्रवाई होनी चाहिए, क्रिमिनल कार्रवाई होनी चाहिए। भाई साहब, तुम लगता कि करण अवतार सिंह हरण ने आप ही सारी नीति घड़ ली होगी प्री कैबिनेट के आने तो पहले कैप्टन साहब मिल के आए हैं, ही उन्होंने गल की होनी ना सारी? देखो, मैं तुम्हें एक गल पक्के तौर दसा, क्योंकि मैं कैबिनेट का हिस्सा है, मैं मैंबर ऑफ पार्लीमेंट हाँ दिल्ली के। जिस गल की मैं जानकारी नहीं, मैं टेलीविजन चैनल से वो गल तो किसी किस्म की अपनी प्रतिक्रिया नहीं मैं देना चाहवाँगा, बिकॉज वो ठीक नहीं लगेगी। आई एम नॉट, बट तुम एक चीज़ से पक्की है कि चीफ सैकटरी इस महकमे के इंचार्ज भी ने, कले इन्हों को एक महकमा एक्साइज एंड टैक्सेशन, तो दैट मीनस पॉलिसी से फ्रेम करने वाले फिर चीफ सैकटरी हो तो कोई नहीं, नाले दे ऑफिसर्स हो गए डाउन दी लाइन, इन्हों को ऑफिसर होंगे ने, कमिश्नर होंगे ने, सारा कुछ होंगे इन्होंने को। बाया साहब, 16 हफ्ते पहला इतने ही इंटरव्यू कर रहे थे साढ़े नाल, वो तुसी क्या सीगा कि इन्हों सारे लैके मैं आया, चाहे चरणजीत चन्नी का जिकर हो, चाहे मनप्रीत बादल का जिक्र हो, चाहे नवजोत सिंह सिद्धू का जिक्र हो, कहते मेरा लगातार इन्होंने गलबात भी होंगी रहती है, हुण नाम भी चरणजीत चन्नी तो मनप्रीत बादल ही आ रहा सब तो अगे, तो हुण तुसी कह रहे हो कि मैनू इस बारे इलम नहीं है? नहीं गल, मैं हूँ कोई डे टू डे को मैनू रिपोर्टिंग थोड़ा करते हैं, मेरे कुलीग्स ने, मेरे दोस्त ने, मेरे मित्र ने, बट कई कई बार तो साड़ी गल दो दो तीन तीन महीने भी नहीं होंगी, क्योंकि मैनू कोई कोई निजी काम मैं कभी इन्हों कहा नहीं, पॉलिसी मैं कभी कोई दिलचस्पी नहीं रखी ना कभी किसी इस किस्म के किसी, मैं तो 3 साल च ना किसी मंत्री साथी तो ना मुख्यमंत्री साहब न ना मिल गया ना कभी काम किया, तो इन्ह पॉलिसीज़ का कम तो इन्हों ज्यादा जानकारी है ना। मैं कभी इन्नी कोशिश की है कि मैं खरोदा इनफॉरमेशन जिस तरह खरोदी दी होंगी लभी दी है, ये तो जो एक एज अ मैंबर ऑफ पार्लीमेंट जो सानू एक रूटीन की इनफॉरमेशन आ रही, मैं वही थोड़े नाल साझी कर रहा। बाजवा साहब, तुहानू की लगता है कि मंत्रियों का जिहड़ा विवाद है, जो मंत्रियों की बगावत है, मुख सकत्तर के खिलाफ है या कैप्टन अमरिंदर सिंह के खिलाफ है? देखो, अजे तक तो मैनू नज़र आ रहा पॉलिसीज के खिलाफ, जो तौर तरीका अफसर ने अपनाया वो खिलाफ। कैप्टन अमरिंदर सिंह इनडायरैक्टली मैं कह सकना, डायरैक्टली नहीं अजे तक, इनडायरैक्टली वो भी ये समझते हैं कि यार कल असी लोगों को जवाब देना है, अफसर साढ़े कहने च नहीं, पॉलिसीज ये बनाते हैं सानू ने मोहर लाने कहते हैं, तो ओबियसली जिहड़ा ड्राइवर जिहड़ा बॉस है इस टीम का वो तो ओबियसली कैप्टन अमरिंदर सिंह ही ने। सो ये डायरेक्टली अफसर से पॉलिसी से या इनडायरैक्टली चीफ मिनिस्टर से है। भाई साहब, थोड़ा जहा मैं डिटेल में समझा दोगे तो बेहतर रहूगा। जे पॉलिसी के खिलाफ हैगा तो पॉलिसी तो कैप्टन अमरिंदर सिंह ते मुख सकत्तर ने कट्ठे रल के ही बनाई होगी, जी प्री कैबिनेट के विच जिक्र होना सी। भाई साहब सवाल ले लो मेरा सर, पूरा पूरा सवाल ले लो सर। भाई साहब सवाल ले लो, मैं सवाल तुहाडा ही सवाल लैके आ रहा सर। भाई साहब सवाल यह हैगा कि हुण कैबिनेट ने सर्वसम्मति नाल यह कहता है कि जो फैसला तुसी करोगे उही मंजूर होगा, हुण चाबी भी कैप्टन साहब के हाथ सौंप दिती है, फिर कैप्टन साहब के खिलाफ तो ना होया कुछ भी, जो फैसले कैप्टन साहब ने करना है, कोई कोई डिस्कशन नहीं हुई, कोई बहस नहीं हुई इस बारे, वित्त मंत्री मनप्रीत सिंह बादल बाहर आके कहते, तुसी भी सुनिया होगा भाई साहब। मेरी एक सुन लो KP जी, फैसले जेडे भी होंदे ने, कोई भी फैसला चीफ मिनिस्टर ते चीफ सैकटरी या सैकटरी नहीं कर सकते, हर फैसला कैबिनेट को ही आना होता पॉलिसी, बट कैबिनेट को कराते की रहे ने इन गुड फेथ, किस महकमे का आ गया यह महकमा जेड़ा है एक्साइज एंड टैक्सेशन, ये मिनिस्टर कौन है? ये मिनिस्टर ने कैप्टन अमरिंदर सिंह, मेरी गल थोड़ी समझ की कोशिश करो, ये सैकटरी जेड़ा चीफ सैकटरी यही ये सैकटरी भी है। सो बेसिकली ये जी पॉलिसी फ्रेम की महकमा फ्रेम करता एक्साइज एंड टैक्सेशन ने की,
ਕਿਉਂਕਿ ਚੀਫ ਮਿਨਿਸਟਰ ਉਹਨਾਂ ਦਾ ਮਹਿਕਮਾ ਜਦੋਂ ਇਹ ਆ ਗਿਆ ਕੈਬਨਿਟ ਦੇ ਕੋਲ ਤੇ ਮਿਨਿਸਟਰ ਸਮਝਦੇ ਚੀਫ ਮਿਨਿਸਟਰ ਸਾਹਿਬ ਦਾ ਡਾਇਰੈਕਟਲੀ ਡਿਪਾਰਟਮੈਂਟ ਚੀਫ ਮਿਨਿਸਟਰ ਭਾਵੇਂ ਸਾਰੇ ਪੰਜਾਬ ਦੇ ਡਿਪਾਰਟਮੈਂਟ ਦੀ ਚੀਫ ਮਿਨਿਸਟਰ ਦੇ ਥੱਲੇ ਹੁੰਦੇ ਨੇ ਬਟ ਇਹ ਡਾਇਰੈਕਟਲੀ ਜਿਹੜਾ ਹੈ ਇਟ ਇਜ਼ ਅੰਡਰ ਦੀ ਡਾਇਰੈਕਸ਼ਨਸ ਆਫ ਦੀ ਚੀਫ ਮਿਨਿਸਟਰ ਸੋ ਸਾਰਿਆਂ ਨੇ ਮੋਹਰ ਲਾ ਦਿੱਤੀ ਬੋਲੀਆਂ ਹੋ ਚੁੱਕੀਆਂ ਨੇ ਬਟ ਇਹ ਪੋਸਟ ਬੋਲੀ ਤੋਂ ਕੁਝ ਜਿਹੜੀਆਂ ਚੇਂਜਸ ਇਹਦੇ ਤਰਮੀਮ ਕਰਾਉਣਾ ਚਾਹੁੰਦੇ ਜਿਸ ਤਰ੍ਹਾਂ ਠੇਕੇਦਾਰਾਂ ਨੇ ਇਹਦੇ ਵਿੱਚ ਇੱਕ ਤਰਮੀਮ ਚਾਹੀ ਕਿ 36 ਦਿਨ ਦਾ ਲੋਕਡਾਊਨ ਨੇ ਸਾਨੂੰ 36 ਦਿਨ ਦੀਆਂ ਸਾਡੀਆਂ ਫੀਸ ਜਿਹੜੀਆਂ ਅਸੀਂ ਗਵਰਨਮੈਂਟ ਨੂੰ ਫੀਸ ਪੇ ਕਰਨੀ ਉਹ ਮਾਫ਼ ਕਰੋ ਤੋ ਉਹਦੇ ਵਿੱਚ ਇਹ ਮਿਨਿਸਟਰ ਨੇ ਕਿਹਾ ਕਿ ਬਿਲਕੁਲ ਨਹੀਂ ਕਿਉਂਕਿ ਸ਼ਰਾਬ ਤੇ ਵਿਕੀ ਜਾਂਦੀ ਹੈ ਸ਼ਰਾਬ ਤੇ ਅਜੇ ਵੀ ਅਵੇਲੇਬਲ ਹੈ ਠੇਕੇ ਬੰਦ ਨੇ ਸ਼ਰਾਬ ਅਵੇਲੇਬਲ ਹੈ ਮੰਡੀਆਂ ਵਿੱਚ ਸ਼ਰਾਬ ਮਿਲ ਰਹੀ ਹੈ ਸਾਰਿਆਂ ਦੇ ਥਰੂ ਹਰ ਆਦਮੀ ਨੂੰ ਅਵੇਲੇਬਲ ਹੋਈ ਉੱਥੇ ਉਹਨਾਂ ਨੇ ਕਿਹਾ ਕਿ ਜੀ ਬਾਕੀ ਅਮੈਂਡਮੈਂਟਸ ਦੇ ਬਾਅਦ ਚ ਕਰਾਇਓ ਅਸੀਂ ਤਾਂ ਤੁਹਾਡੇ ਕਹਿਣ ਤੇ ਮੋਹਰ ਲਾ ਦਿੰਦੇ ਹਾਂ ਪਰ ਸਾਨੂੰ ਦੱਸੋ ਕਿ ਆ ਘਾਟਾ ਕਿਉਂ ਹਰ ਸਾਲ ਪੈ ਰਿਹਾ ਇਹਦਾ ਕੌਣ ਜ਼ਿੰਮੇਵਾਰ ਇਹਤੋਂ ਬਹਿਸ ਹੋਈ ਹੈ ਸ਼ੁਰੂ ਹਾਂਜੀ ਤੁਸੀਂ ਸਰ ਜਿਹੜੀ ਜਾਂਚ ਦੀ ਮੰਗ ਕਰਦੇ ਪਏ ਹੋ ਪ੍ਰਤਾਪ ਸਿੰਘ ਬਾਜਵਾ ਜੀ ਉਹ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਕਰਨ ਅਵਤਾਰ ਸਿੰਘ ਹਰਾਂ ਦੇ ਸਬੰਧਾਂ ਦੀ ਜਾਂਚ ਦੀ ਮੰਗ ਕਰਦੇ ਪਏ ਹੋ ਜਾਂ ਮੁੱਖ ਸਕੱਤਰ ਦੇ ਸ਼ਰਾਬ ਕਾਰੋਬਾਰੀ ਨਾਲ ਜਿਹੜੇ ਇਲਜ਼ਾਮ ਲੱਗੇ ਉਹਨਾਂ ਸਬੰਧਾਂ ਦੀ ਜਾਂਚ ਦੀ ਮੰਗ ਕਰਦੇ ਪਏ ਹੋ ਜੇ ਇਹ ਦੋਨਾਂ ਡਿਮਾਂਡ ਤੁਹਾਡੀ ਹੈਗੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁੱਖ ਸਕੱਤਰ ਕੰਮ ਕਰਦੇ ਇਹਦਾ ਮਤਲਬ ਤੁਸੀਂ ਇਨਡਾਇਰੈਕਟਲੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਸਬੰਧਾਂ ਨਾਲ ਜੋੜ ਕੇ ਦੇਖ ਰਹੇ ਹੋ ਪ੍ਰਤਾਪ ਸਿੰਘ ਬਾਜਵਾ ਏਪੀ ਜੀ ਮੇਰੇ ਮੂੰਹ ਵਿੱਚ ਸ਼ਬਦ ਨਾ ਪਾਓ ਜਿਹੜੀ ਗੱਲ ਮੈਂ ਕਹੀ ਇਹ ਕਾਂਗਰਸ ਦੇ ਐਮਐਲਏ ਨੇ ਅੱਜ ਰਾਜਾ ਵੜਿੰਗ ਜਿਨ੍ਹਾਂ ਦਾ ਨਾਂ ਹੈ ਉਹਨਾਂ ਨੇ 5-6 ਟਵੀਟਸ ਕੀਤੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਗੰਭੀਰ ਦੋਸ਼ ਚੀਫ ਸੈਕਟਰੀ ਤੇ ਲਗਾਏ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹੀ ਬੇਨਤੀ ਕਰ ਰਿਹਾ ਕਿ ਜਿਹੜੇ ਕਨਫਲਿਕਟ ਆਫ ਇੰਟਰਸਟ ਨੇ ਉਹਨਾਂ ਨੇ ਬੜੇ ਸੀਰੀਅਸ ਚਾਰਜਸ ਲਗਾਏ ਨੇ ਉਹਨਾਂ ਦਾ ਜਲਦੀ ਚ ਪ੍ਰੋਬ ਕੀਤਾ ਜਾਏ ਜੇ ਉਹਨਾਂ ਦਾ ਲੜਕਾ ਇਹ ਕਾਰੋਬਾਰ ਕਰਦਾ ਡਾਇਰੈਕਟਲੀ ਇਨਡਾਇਰੈਕਟਲੀ ਜਾਂ ਜਿਹੜੀਆਂ ਪਾਲਿਸੀਆਂ ਦੇ ਵਿੱਚ ਇਹ ਬਣਦੀਆਂ ਨੇ ਉਹਦੇ ਵਿੱਚ ਵੀ ਕਿਸੇ ਹਿਸਾਬ ਦੇ ਨਾਲ ਉਹ ਇਨਫਲੂਐਂਸ ਕਰਦਾ ਤੇ ਇਮੀਡੀਏਟਲੀ ਚੀਫ ਸੈਕਟਰੀ ਨੂੰ ਬਦਲ ਕੇ ਨਵਾਂ ਚੀਫ ਸੈਕਟਰੀ ਰੱਖੋ ਇਹਨੂੰ ਕੋਈ ਜਾਂ ਇਹਨੂੰ ਮਾਰਚਿੰਗ ਆਰਡਰਸ ਦੇ ਦਿਓ ਜਾਂ ਇਹਨੂੰ ਰਿਟਾਇਰਮੈਂਟ 2-3 ਮਹੀਨੇ 'ਚ ਰਿਟਾਇਰਮੈਂਟ ਜਾਂ ਇਹਨਾਂ ਨੂੰ ਕਹੋ ਕਿ ਜੀ ਤੁਸੀਂ ਆਪਣੇ ਆਪ ਛੁੱਟੀ 'ਤੇ ਚਲੇ ਜਾਓ 2-3 ਮਹੀਨਿਆਂ ਵਾਸਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੇ ਪਰਕਸ ਹੈ ਨੇ ਰਿਟਾਇਰਮੈਂਟ ਦੇ ਮਿਲਣੇ ਹੀ ਮਿਲਣੇ ਨੇ ਅਤੇ ਦੂਜੀ ਗੱਲ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਜਿਹੜੀ ਕਹਿ ਰਿਹਾ ਕਿ ਜਿਹੜਾ ਸਾਰਾ ਸਮੁੱਚੇ ਮੈਂਬਰ ਜਿਹੜੇ ਇਹਨਾਂ ਦੇ ਕਾਉਂਸਲ ਆਫ ਮਿਨਿਸਟਰਸ ਨੇ ਉਹਨਾਂ ਨੇ ਵੀ ਜਿਹੜੀ ਗੱਲ ਦਾ ਖਦਸ਼ਾ ਮਹਿਸੂਸ ਕੀਤਾ ਤੇ ਪੰਜਾਬੀ ਵੀ ਚਾਹੁੰਦੇ ਨੇ ਕਿ 3600 ਕਰੋੜ ਰੁਪਇਆ ਜਿਹੜਾ ਘਾਟਾ ਪਿਆ 3 ਸਾਲਾਂ ਐਕਸਾਈਜ਼ ਮਹਿਕਮੇ ਦਾ ਇਹ ਜਿਹੜਾ ਏਡਾ ਵੱਡਾ ਚੂਨਾ ਲੱਗਾ ਇਹ ਕੌਣ ਲੋਕ ਰਿਸਪੋਂਸੀਬਲ ਨੇ ਮੇਰਾ ਇੱਕ ਕੇਪੀਜੀ ਇਹਦੇ 'ਚ ਕਹਿਣਾ ਹੈ ਕਿ ਵੇਖੋ ਜਿਹੜੀ ਗੱਲ ਸਾਡੇ ਸੁਣ ਚ ਆਈ ਹੈ ਕਿ ਵੱਡੇ ਪੈਮਾਨੇ ਤੋਂ ਇਹ ਘਾਟਾ ਕਿਉਂ ਪੈ ਰਿਹਾ ਇਹਦੇ 2-3 ਕਾਰਨ ਮੈਂ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਇੱਕ ਤਾਂ ਇਹ ਹੈ ਕਿ ਜਿਹੜੇ ਪੰਜਾਬ ਦੇ ਇਰਦ ਗਿਰਦ ਦੇ 3 ਵੱਡੇ ਸੂਬੇ ਨੇ ਰਾਜਸਥਾਨ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੇ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਇਹਦੇ 'ਚੋਂ ਬਹੁਤ ਸਾਰੀ ਸ਼ਰਾਬ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆ ਕੇ ਵਿਕ ਰਹੀ ਹੈ ਜਿਹਦੇ ਨਾਲ ਪੰਜਾਬ ਦੀਆਂ ਸੇਲਸ ਘੱਟ ਨੇ ਤੇ ਉੱਥੋਂ ਦੇ ਬਾਹਰਲੇ ਸਮਗਲਰਸ ਜਾਂ ਜਿਨ੍ਹਾਂ ਦੀਆਂ ਬਾਹਰ ਡਿਸਟਿਲਰੀਜ਼ ਨੂੰ ਪੰਜਾਬ 'ਚ ਵੇਚ ਰਹੇ ਨੇ ਪੰਜਾਬ ਨੂੰ ਚੂਨਾ ਲੱਗ ਰਿਹਾ ਨੰਬਰ 2 ਜਿਹੜੀਆਂ ਪੰਜਾਬ ਦੇ ਵਿੱਚ ਗਵਰਨਮੈਂਟ ਅਪਰੂਵ ਡਿਸਟਿਲਰੀਜ਼ ਨੇ ਜਿਹੜੀਆਂ ਸ਼ਰਾਬ ਬਣਾਉਂਦੀਆਂ ਨੇ ਇਹ ਵੀ ਗੱਲ ਸਾਡੇ ਸਾਹਮਣੇ ਆ ਰਹੀ ਹੈ ਕਿ ਐਕਸਾਈਜ਼ ਡਿਪਾਰਟਮੈਂਟ ਨਾਲ ਰਲ ਕੇ ਥੱਲੜੇ ਲੈਵਲ ਤੇ ਜਿਹੜੀ ਹਰ ਬੋਤਲ ਤੇ ਤੁਹਾਨੂੰ ਪਤਾ 50 ਰੁਪਏ ਦੀ ਬੋਤਲ ਹੈ ਤੇ 150 ਰੁਪਏ ਦਾ ਗਵਰਨਮੈਂਟ ਦਾ ਟੈਕਸ ਹੁੰਦਾ ਜਿਹੜਾ ਸੂਬੇ ਨੂੰ ਆਉਂਦਾ ਇਹ ਟੈਕਸ ਦੀ ਚੋਰੀ ਹੋ ਕੇ ਚੋਰੀ ਦੇ ਟਰੱਕ ਜਿਹੜੇ ਨੇ ਇਹ ਇਹਨਾਂ ਡਿਸਟਿਲਰੀਆਂ 'ਚੋਂ ਨਿਕਲ ਰਹੇ ਨੇ ਤੇ ਬਾਹਰ ਵਿਕ ਰਹੇ ਨੇ ਉਹਦਾ ਵੀ ਇਹ ਕਾਰਨ ਹੈ ਕਿ ਐਕਸਾਈਜ਼ ਜਿਹੜਾ ਪੰਜਾਬ ਸਰਕਾਰ ਦੇ ਜਮ੍ਹਾਂ ਹੋਣਾ ਹੁੰਦਾ ਉਹ ਇਹਨਾਂ ਠੇਕੇ ਇਹ ਵੱਡੇ ਮਾਲਕਾਂ ਦੀਆਂ ਜੇਬਾਂ ਜਾ ਰਿਹਾ ਤੀਸਰੀ ਗੱਲ ਇਹਦੇ ਵਿੱਚ ਇਹਦੇ ਨਾਲ ਨਾਲ ਇਹ ਵੀ ਹੈ ਕਿ ਕੁਝ ਇਹੋ ਜਿਹੀਆਂ ਪ੍ਰਾਈਵੇਟ ਡਿਸਟਿਲਰੀਆਂ ਜਿਸ ਤਰ੍ਹਾਂ ਖੰਨੇ ਦੇ ਵਿੱਚ ਅੱਜ ਤੋਂ 4-5 ਦਿਨ ਪਹਿਲੇ ਤੁਸੀਂ ਖਬਰ ਪੜ੍ਹੀ ਹੋਣੀ ਹੈ ਖੰਨੇ ਵਿੱਚ ਰਾਜਸਥਾਨ ਦੇ ਲੋਕਾਂ ਨੇ ਆ ਕੇ ਪ੍ਰਾਈਵੇਟ ਡਿਸਟਿਲਰੀ ਲਾਈ ਸੀ ਜਿਹੜੀ ਰੋਜ਼ 2000 ਪੇਟੀ ਬਣਾਉਂਦੀ ਸੀ ਉਹਦੇ ਕੋਲ 60,000 ਪੇਟੀ ਫੜੀ ਗਈ ਉਹ ਗਵਰਨਮੈਂਟ ਦੀ ਕੋਈ ਅਪਰੂਵਲ ਨਹੀਂ ਸੀ ਉਹਨੂੰ ਇਹ ਪਤਾ ਨਹੀਂ ਇਸ ਕਿਸਮ ਦੀਆਂ ਕਿੰਨੀ ਜਗ੍ਹਾ ਦੇ ਉੱਤੇ ਪੰਜਾਬ 'ਚ ਚੱਲਦੀਆਂ ਨੇ ਉਹ ਵੀ ਸਾਰੀ ਪੰਜਾਬ 'ਚ ਖਪਤ ਹੁੰਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਚਾਹੁੰਦਾ ਕਿ ਐਕਸਾਈਜ਼ ਡਿਪਾਰਟਮੈਂਟ ਦੀਆਂ ਜਿਹੜੀਆਂ ਨੇ ਵਾਗ ਉਹ ਚੰਗੀ ਤਰ੍ਹਾਂ ਕੱਸੀ ਜਾਏ ਨਕੇਲ ਪਾਈ ਜਾਏ ਚੋਰੀ ਰੋਕੀ ਜਾਏ ਇੰਟਰ ਸਟੇਟ ਸਮਗਲਿੰਗ ਰੋਕੀ ਜਾਏ ਜਿਹੜੀ ਇਹ ਫੈਕਟਰੀਆਂ ਵਾਲੇ ਸ਼ਰਾਬ ਦੀ 2 ਨੰਬਰ ਦੀ ਸ਼ਰਾਬ ਕੱਢਦੇ ਨੇ ਇਹ ਸਾਰੇ ਪ੍ਰਬੰਧ ਕੀਤੇ ਜਾਣ ਇਨਵੈਸਟੀਗੇਟ ਕੀਤਾ ਜਾਏ ਇਹਨਾਂ ਦੇ ਕੇਸੇ ਰਜਿਸਟਰ ਕੀਤੇ ਜਾਣ ਬਾਇਓ ਸਾਹਿਬ ਤੁਸੀਂ ਖੰਨਾ ਦਾ ਜ਼ਿਕਰ ਕੀਤਾ ਕਾਂਗਰਸ ਦਾ ਕੋਈ ਰੋਲ ਨਜ਼ਰ ਆਉਂਦਾ ਤੁਹਾਨੂੰ ਉਹਨਾਂ 'ਚ ਨਹੀਂ ਕਾਂਗਰਸ ਦਾ ਰੋਲ ਉਹਦੇ 'ਚ ਕੋਈ ਨਹੀਂ ਹੈ ਬਟ ਉੱਥੇ ਡਿਸਟਿਲਰੀ ਮਿਲੀ ਹੈ ਉਹਦਾ ਮਤਲਬ ਕੋਈ ਪੁਲਿਸ ਦੇ ਜਾਂ ਕੋਈ ਕੋਈ ਅਫਸਰ ਤੇ ਕੋਈ ਕੋਈ ਬੰਦੇ ਦੇ ਕਿਸੇ ਦੇ ਕਹਿਣ ਉਹ ਕਹਿੰਦੇ ਚੱਲਦੀ ਨੂੰ ਵੀ 5-7 ਸਾਲ ਹੋ ਗਏ ਅਖੀਰ ਉਹ ਜਿਹੜੀ ਚੀਜ਼ ਚੱਲਦੀ ਨੂੰ 5-7 ਸਾਲ ਹੋਏ ਨੇ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਹੈ
ਐਡਮਿਨਿਸਟ੍ਰੇਸ਼ਨ ਦਾ ਕੋਈ ਹਿੱਸਾ ਦੇ ਵਿੱਚ ਹੋਏਗਾ। ਪੋਲੀਟੀਕਲ ਬੰਦਿਆਂ ਦਾ ਨਾਂ ਹੁੰਦਾ ਤੇ ਹੁਣ ਤੱਕ ਬਾਹਰ ਆ ਜਾਂਦਾ ਜੀ, ਪੋਲੀਟੀਕਲ ਬੰਦੇ ਦਾ ਕਿਸੇ ਦਾ ਨਾਂ ਨਹੀਂ ਆਇਆ, ਬਟ ਉਹਦੇ ਵਿੱਚ ਜ਼ਰੂਰ ਹੈ ਐਡਮਿਨਿਸਟ੍ਰੇਟਿਵ ਮਦਦ ਤੋਂ ਬਿਨਾਂ। ਤੁਸੀਂ ਵੇਖੋ ਕੇਪੀ ਜੀ, ਤੁਸੀਂ ਭਾਵੇਂ ਡਰੱਗ ਮਾਫੀਏ ਦੀ ਗੱਲ ਮੈਕਸੀਕੋ ਦੀ ਕਰ ਲਓ, ਭਾਵੇਂ ਕੋਲੰਬੀਆ ਦੀ ਕਰ ਲਓ, ਭਾਵੇਂ ਵੈਨੇਜ਼ੁਏਲਾ ਦੀ ਕਰ ਲਓ, ਭਾਵੇਂ ਹਿੰਦੁਸਤਾਨ ਦੀ ਕਰ ਲਓ, ਜਿੰਨਾ ਚਿਰ ਉਹਨਾਂ ਨੂੰ ਅਫਸਰਸ਼ਾਹੀ ਦੀ ਕਿਤੋਂ ਨਾ ਕਿਤੋਂ ਸਪੋਰਟ ਹੈ ਨਹੀਂ, ਸਿਸਟਮ ਦੀ ਸਪੋਰਟ ਹੈ ਨਹੀਂ, ਕੋਈ ਵੀ ਕਾਰੋਬਾਰ ਦੋ ਨੰਬਰ ਦਾ ਨਹੀਂ ਚੱਲ ਸਕਦਾ। ਕੱਲੀ ਅਫਸਰਸ਼ਾਹੀ ਜਾਂ ਪੋਲੀਟੀਕਲ ਪੈਟਰਨੇਜ ਭਾਈ ਸਾਹਿਬ, ਮੈਂ ਅਜੇ ਤੱਕ ਜਿੰਨਾ ਚਿਰ ਮੇਰੇ ਕੋਈ ਸਬੂਤ ਹੈ ਨਹੀਂ ਕੇਪੀ ਜੀ, ਤੁਹਾਨੂੰ ਪਤਾ ਮੈਂ ਨਹੀਂ ਭੇੜਾ ਪੈਂਦਾ, ਪੋਲੀਟੀਕਲ ਪੈਟਰਨੇਜ ਪਤਾ ਹੁੰਦੀ ਤੇ ਮੈਂ ਤੁਹਾਡੇ ਟੀਵੀ ਚੈਨਲ ਤੇ ਦੱਸ ਦੇਣੀ ਸੀ। ਚਲੋ ਕੈਪਟਨ, ਅਜੇ ਤੱਕ ਮੈਂ ਕੈਪਟਨ ਸਾਹਿਬ ਮੈਨੂੰ ਜਾਣਕਾਰੀ ਨਹੀਂ, ਮੈਂ ਸੋ ਇਹ ਗੱਲ ਉਹ ਮੈਂ ਕਰਨਾ ਨਹੀਂ ਚਾਹੁੰਦਾ ਜਿਹਦੇ ਬਾਰੇ ਮੈਨੂੰ ਜਾਣਕਾਰੀ। ਇਸ ਪੂਰੇ ਮਾਮਲੇ ਜਿਹੜੇ ਮੁੱਖ ਸਕੱਤਰ ਤੇ ਇਲਜ਼ਾਮ ਲੱਗੇ ਆ, ਕੈਪਟਨ ਸਾਹਿਬ ਤੁਹਾਨੂੰ ਜ਼ਿੰਮੇਵਾਰ ਨਜ਼ਰ ਤਾਂ ਨਹੀਂ ਆ ਰਹੇ? ਮੈਨੂੰ ਅਜੇ ਤੇ ਨਹੀਂ ਨਜ਼ਰ ਆ ਉਹਨਾਂ ਦਾ ਇਹਦੇ ਵਿੱਚ ਕੀ ਹੱਥ ਹੋਏਗਾ ਜੀ। ਮਹਿਕਮੇ ਵਾਲਿਆਂ ਦਾ ਹੈ, ਬਟ ਇਹਨਾਂ ਨੂੰ ਇਨਵੈਸਟੀਗੇਟ ਕਰਨਾ ਪਏਗਾ ਕਿਉਂਕਿ ਹੀ ਇਜ਼ ਦੀ ਮਿਨਿਸਟਰ ਇਨਚਾਰਜ ਆਲਸੋ ਆਫ ਦੀ ਸੇਮ ਡਿਪਾਰਟਮੈਂਟ। ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਮੈਂ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਗਾ। ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਇੱਕ ਬਾਇਆ ਸਾਹਿਬ ਹੀਰ ਤੇ ਰਾਂਝੇ ਦੀ ਗੱਲ ਕਰ ਦੇਵੇ, ਪਤਾ ਨਹੀਂ ਕਿਉਂ ਕਰ ਦੇਵੇ, ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਵੇਗਾ ਜ਼ਰੂਰ। ਸਵਾਲ ਅਸੀਂ ਪੁੱਛ ਰਹੇ, ਵੱਡਾ ਸਵਾਲ, ਕਰਨ ਤੇ ਕੋਰੋਨਾ ਸੰਕਟ ਵਿੱਚ ਉਲਝੀ ਕੈਬਨਿਟ ਨੇ ਕੈਪਟਨ ਹੱਥ ਪੰਜਾਬ ਦੀ ਕਿਹੜੀ ਚਾਬੀ ਸੌਂਪੀ? ਪ੍ਰਤਾਪ ਸਿੰਘ ਬਾਜਵਾ ਸਾਡੇ ਨਾਲ ਹੈਗੇ। ਬਾਜਵਾ ਸਾਹਿਬ, ਇੱਕ ਤੁਸੀਂ ਲੋਕਤੰਤਰ ਬਾਰੇ ਅੱਜ ਪਾਇਆ, ਹੀਰ ਆਖਦੀ ਰਾਂਝਿਆ ਗੱਲ ਸੁਣ ਲਾ, ਸਰ ਇਹਦਾ ਮਤਲਬ ਸਮਝਾ ਦਿਓ, ਜੇ ਬੋਲ ਕੇ ਦੱਸ ਦੋਗੇ ਤਾਂ ਬੜਾ ਵਧੀਆ, ਜੇ ਨਹੀਂ ਯਾਦ ਤਾਂ ਮੈਂ ਪੜ੍ਹ ਕੇ ਸੁਣਾ ਦਿੰਦਾ। ਤੁਸੀਂ ਆਪੇ ਪੜ੍ਹ ਦਿਓ, ਬਾਕੀ ਮੈਂ ਸਮਝਾ ਦੂੰਗਾ। ਤੁਸੀਂ ਲਿਖਿਆ ਸਰ, ਹੀਰ ਆਖਦੀ ਰਾਂਝਿਆ ਗੱਲ ਸੁਣ ਲੈ, ਰੌਲਾ ਪੈ ਗਿਆ ਵਿੱਚ ਸਰਕਾਰ ਮੀਆਂ, ਸਮਝਦੇ ਰਹੇ ਜੋ ਖੱਬੀ ਖਾਣ ਖੁਦ ਨੂੰ, ਪਾਲੇ ਕੁਛ ਤੋੜਤਾ ਹੰਕਾਰ ਮੀਆਂ, ਛਿੜਿਆ ਰੁਤਬੇ ਦਾ ਵਿਵਾਦ ਐਸਾ, ਮੂਹਰੇ ਇਕੱਲੇ ਨੇ ਲਾਲੇ ਚਾਰ ਮੀਆਂ, ਲੋਕ ਰਾਜ 'ਚ ਲੋਕਾਂ ਦਾ ਰਾਜ ਹੁੰਦਾ, ਪਰ ਇੱਥੇ ਅਫਸਰ ਚਲਾਉਣਗੇ ਸਰਕਾਰ ਮੀਆਂ। ਇਹਦਾ ਮਤਲਬ ਜਿਹੜਾ ਅੱਜ ਦਾ ਟਾਈਮ ਹੈ ਕਿ ਚੀਫ ਸੈਕਟਰੀ ਇਕੱਲਾ ਸੀ, ਉਹਨੇ ਚਾਰ ਜਿਹੜੇ ਨੰਬਰ, ਦੋ ਤੋਂ ਚਾਰ ਮਿਨਿਸਟਰ ਸਨ, ਪੰਜ ਨੰਬਰ ਦੇ ਉਹ ਅੱਗੇ ਲਾ ਲਏ, ਉਹ ਜਿੱਥੇ ਉਹਨਾਂ ਨੂੰ ਮੀਟਿੰਗ 'ਚ ਬਹਿਣਾ ਚਾਹੀਦਾ ਉਹਨਾਂ ਨੂੰ ਮੀਟਿੰਗ ਛੱਡਣੀ ਪੈ ਗਈ। ਤੇ ਲੋਕ ਰਾਜ ਦੇ ਵਿੱਚ ਜਿੱਥੇ ਲੋਕਾਂ ਦਾ ਰਾਜ ਹੁੰਦਾ ਅਫਸਰਸ਼ਾਹੀ ਦਾ, ਜਿਹੜਾ ਅੱਜ ਦਾ ਇਹ ਇੱਕ ਬੇਸਿਕ ਮੈਨੂੰ ਪਸੰਦ ਆਈ ਚੀਜ਼ ਜਿਹੜੀ ਸੀ, ਤਾਂ ਹੀ ਮੈਂ ਆਪਣੇ ਫੇਸਬੁੱਕ ਤੇ ਪਾਈ ਕਿ ਅੱਜ ਦਾ ਸਿਤਮ ਵੇਖੋ ਕੀ ਹੈ। ਬੇਸਿਕਲੀ ਲੋਕ ਰਾਜ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਲੋਕਾਂ ਦੇ ਇਲੈਕਟਿਡ ਰਿਪ੍ਰੈਜੈਂਟੇਟਿਵ ਹੁੰਦੇ ਨੇ, ਉਹਨਾਂ ਦੇ ਹੱਥ 'ਚ ਬਾਗਡੋਰ ਗੱਡੀ ਦੀ ਰਹਿੰਦੀ। ਬਟ ਇੱਥੇ ਅਨਫੋਰਚੁਨੇਟਲੀ ਜਿਸ ਤਰ੍ਹਾਂ ਹੀਰ ਆਪਣੇ ਰਾਂਝੇ ਨੂੰ ਸਮਝਾ ਰਹੀ ਹੈ ਕਿ ਆਹ ਵੇਖੋ ਹਾਲਾਤ ਕਿਸ ਕਿਸਮ ਦੇ ਬਣ ਗਏ ਨੇ, ਕਿ ਇੱਕ ਚੀਫ ਸੈਕਟਰੀ ਚਾਰ ਮੰਤਰੀਆਂ ਨੂੰ ਅੱਗੇ ਲਾ ਲਏ, ਉਹਨਾਂ ਨੂੰ ਮਜਬੂਰੀ ਨਾਲ ਮੀਟਿੰਗ 'ਚੋਂ ਉੱਠ ਕੇ ਜਾਣਾ ਪੈ ਗਿਆ। ਤੀਜੇ ਪਾਸੇ ਉਹ ਕਹਿ ਰਹੀ ਹੈ ਕਿ ਵੇਖੋ, ਸਮਝਾਉਣ ਦੀ ਕੋਸ਼ਿਸ਼ ਇਹ ਕਰ ਰਹੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਰਾਜ ਹੋਣਾ ਚਾਹੀਦਾ ਸੀ, ਇੱਥੇ ਐਕਸਰਸਾਈਜ਼ ਦਾ ਰਾਜ, ਜੋ ਅੱਜ ਦਾ ਇਹ ਚੇਂਜ ਜਿਹੜਾ ਹੈ ਬੇਸਿਕਲੀ ਅੱਜ ਦੇ ਮਾਹੌਲ ਉੱਤੇ ਜੋ ਮੈਨੂੰ ਚੰਗੀ ਚੀਜ਼ ਲੱਗੀ ਮੈਂ ਆਪਣੇ ਫੇਸਬੁੱਕ 'ਤੇ ਪਾ ਦਿੱਤੀ, ਤੁਸੀਂ ਪੜ੍ਹ ਲਈ ਜੀ। ਬਾਜਵਾ ਸਾਹਿਬ, ਮੈਂ ਤਾਂ ਪੜ੍ਹ ਲਈ ਅਤੇ ਮੈਂ ਰਵਨੀਤ ਬਿੱਟੂ ਦਾ ਬਿਆਨ ਵੀ ਪੜ੍ਹਿਆ, ਉਹ ਕਹਿੰਦੇ ਵੀ ਕੈਬਨਿਟ 'ਚੋਂ ਇਸ ਤਰ੍ਹਾਂ ਵਾਕਆਊਟ ਕਰਨਾ ਇੰਝ ਲੱਗਦਾ ਜਿਵੇਂ ਕੋਈ ਜੱਜ ਐਡਵੋਕੇਟ ਨਾਲ ਬਹਿਸ ਕਰਨ ਤੋਂ ਬਾਅਦ ਅਦਾਲਤ ਦਾ ਕਮਰਾ ਛੱਡ ਦੇਵੇ, ਜੇ ਮੰਤਰੀ ਨਜ਼ਰ 'ਚ ਅਫਸਰਸ਼ਾਹੀ ਅਯੋਗ ਹੈ ਤਾਂ ਉਹਨਾਂ ਨੂੰ ਅਧਿਕਾਰੀਆਂ ਜਗ੍ਹਾ ਲੈਣੀ ਚਾਹੀਦੀ ਸੀ, ਬਾਹਰ ਨਹੀਂ ਜਾਣਾ ਚਾਹੀਦਾ ਸੀਗਾ। ਦੇਖੋ ਗੱਲ ਇਸ ਤਰ੍ਹਾਂ ਹੁੰਦੀ ਹੈ, ਰਵਨੀਤ ਸਿੰਘ ਬਿੱਟੂ ਜੀ ਸਾਡੇ ਆਪਣੇ ਛੋਟੇ ਵੀਰ ਨੇ ਸਾਡੇ, ਚਲੋ ਨਾਲ ਮੇਰੇ ਕੁਲੀਗ ਮੈਂਬਰ ਆਫ ਪਾਰਲੀਮੈਂਟ ਵੀ ਨੇ, ਮੈਂ ਹਰ ਗੱਲ ਉਹਨਾਂ ਦੀ ਨਾ ਇਸ ਗੱਲ ਨਾਲ ਸਹਿਮਤ ਨਹੀਂ। ਮਿਨਿਸਟਰਸ ਨੂੰ ਜਦੋਂ ਇਹ ਲੱਗਾ ਕਿ ਪਾਣੀ ਸਾਡੇ ਸਿਰ ਦੇ ਉੱਤੋਂ ਦੀ ਜਾ ਰਿਹਾ, ਕਿਉਂਕਿ ਇਕੱਲਾ ਚੀਫ ਸੈਕਟਰੀ ਨਹੀਂ ਸੀ, ਉੱਥੇ ਬਹੁਤ ਸਾਰੇ ਹੋਰ ਮੁਲਾਜ਼ਮ ਬੈਠੇ ਸੀ, ਜਦੋਂ ਉਹਨਾਂ ਨੇ ਵੇਖਿਆ ਕਿ ਜੋ ਤੌਰ ਤਰੀਕਾ ਹੈ ਉਸ ਦਾ, ਸਾਡੇ ਜੋ ਵਿਵਹਾਰ ਹੈ ਉਹਦਾ ਚੀਫ ਸੈਕਟਰੀ ਦਾ, ਦੈਟ ਇਜ਼ ਅਨਪ੍ਰੋਫੈਸ਼ਨਲ, ਜੋ ਪ੍ਰੋਫੈਸ਼ਨਲ ਨਹੀਂ ਹੈ, ਤਾਂ ਉਹਨਾਂ ਨੇ ਸੋਚਿਆ ਕਿ ਬਿਹਤਰ ਕਿ ਇਹ ਬਹਿਸੋ ਬਸਾਈ ਹੋਰ ਵਧੇ ਤੇ ਹੋਰ ਸਾਡਾ ਅਸੀਂ ਆਪਣਾ ਆਪ ਜਲੂਸ ਕਢਵਾਈਏ, ਇਹਦੇ ਨਾਲੋਂ ਬੈਟਰ ਹੈ, ਜਿਸ ਤਰ੍ਹਾਂ ਸਿਆਣੇ ਲੋਕ ਕਹਿੰਦੇ ਨੇ ਕਿ ਇਹਦੇ ਨਾਲ ਪੇਚਾ ਪਾਉਣ ਨਾਲੋਂ ਬੈਟਰ ਹੈ ਕਿ ਆਪ ਹੀ ਕਮਰੇ ਚੋਂ ਬਾਹਰ ਚਲੇ ਜਾਣਾ, ਉਹ ਆਪ ਕਮਰੇ ਚੋਂ ਬਾਹਰ ਚਲੇ ਗਏ। ਉਹ ਤਾਂ ਕਹਿੰਦੇ ਪਏ ਆ, ਬਿੱਟੂ ਤਾਂ ਇਹ ਵੀ ਕਹਿੰਦੇ ਪਏ ਆ ਵੀ ਮੰਤਰੀਆਂ ਨੂੰ ਉਹਨਾਂ ਦੇ ਵਿਹਾਰ ਲਈ ਅਸਤੀਫਾ ਦੇ ਦੇਣਾ ਚਾਹੀਦਾ ਆਪ। ਨਹੀਂ, ਅਸਤੀਫਾ ਮੰਤਰੀ ਤੇ ਕਿਉਂ ਦੇਣ, ਮੰਤਰੀ ਤੇ ਇਹਦਾ ਅਸਤੀਫਾ ਲੈਣਗੇ ਜਿਹੜੇ ਬੰਦੇ ਤੇ ਚਾਰਜ ਲੱਗਿਆ ਜੀ, ਮੰਤਰੀ ਕਿਉਂ ਅਸਤੀਫਾ ਦੇਣ ਜੀ। ਮੈਂ ਇਸ ਗੱਲ ਨਾਲ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਸਹਿਮਤ ਨਹੀਂ। ਹਾਂ, ਇੱਕ ਗੱਲ ਨਾਲ ਮੈਂ ਜ਼ਰੂਰ ਸਹਿਮਤ ਹਾਂ ਕਿ ਵੇਖੋ ਤੁਸੀਂ ਹੁਣ ਲਕੀਰ ਖਿੱਚ ਲਈ ਹੈ, ਤੇ ਲਕੀਰ ਜਦੋਂ ਖਿੱਚੀ ਦੀ ਹੈ, ਵੇਖੋ ਕੇਪੀ ਜੀ ਇੱਕ ਮੈਂ ਵੱਡੀ ਗੱਲ ਕਹਿਣਾ ਚਾਹੁੰਦਾ, ਜਿਹੜੇ ਇੰਸਟੀਟਿਊਸ਼ਨ ਹੁੰਦੇ ਜਾਂ ਇਹ ਕੁਰਸੀਆਂ ਹੁੰਦੀਆਂ, ਕੁਰਸੀਆਂ ਕੈਬਨਿਟ ਮਿਨਿਸਟਰ ਬਹੁਤ ਸਾਰੇ ਆਏ ਤੇ ਬਹੁਤ ਸਾਰੇ ਚਲੇ ਜਾਣੇ, ਕੁਰਸੀ ਦਾ ਰੁਤਬਾ ਕਾਇਮ ਰੱਖਣਾ, ਉਹਦਾ ਇੱਜ਼ਤ ਤੇ ਮਾਨ ਬਰਕਰਾਰ ਰੱਖਣਾ, ਹੁਣ ਇਹਨਾਂ ਮਿਨਿਸਟਰਾਂ ਦੇ ਹੱਥ। ਅੱਜ ਮਿਨਿਸਟਰਾਂ ਨੇ ਵਧੀਆ ਸਟੈਂਡ ਲਿਆ, ਉਹਨਾਂ ਚੀਫ ਮਿਨਿਸਟਰ ਸਾਹਿਬ ਨੂੰ ਗੱਲ ਕਲੀਅਰ ਕਰ ਦਿੱਤੀ ਹੈ
ਕਿ ਜਿਸ ਮੀਟਿੰਗ ਵਿੱਚ ਕਰਨ ਅਵਤਾਰ ਸਿੰਘ ਚੀਫ ਸੈਕਟਰੀ ਬੈਠੇਗਾ ਸੀ ਉਹਨੂੰ ਅਟੈਂਡ ਨਹੀਂ ਕਰਨ ਤੇ ਇਹਦੇ ਨਾਲ ਰੁਤਬਾ ਕੁਰਸੀ ਦਾ ਵਧਿਆ। ਲੋਕਾਂ ਨੂੰ ਪਤਾ ਲੱਗਿਆ ਕਿ ਕੈਬਨਿਟ ਮਿਨਿਸਟਰ ਦਾ ਇੱਕ ਰੁਤਬਾ ਹੁੰਦਾ, ਇੱਕ ਇੱਜ਼ਤ ਹੁੰਦੀ, ਇੱਕ ਮਾਨ ਹੁੰਦਾ। ਤੇ ਜੇ ਅਸੀਂ ਇਹ ਕੰਪਰੋਮਾਈਜ਼ ਬੰਦੇ ਆਪ ਕਰਦੇ, ਜਿਹੜੇ ਕਮਜ਼ੋਰ ਬੰਦੇ ਹੁੰਦੇ ਨੇ, ਇਹ ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਮੁੱਛ ਦਾ ਸਵਾਲ, ਇਹ ਹੁਣ ਮੁੱਛ ਦਾ ਸਵਾਲ ਹੈ। ਮੁੱਛ ਨੂੰ ਬਰਕਰਾਰ ਰੱਖਣਾ ਹੈ, ਆਪਣੀ ਦਸਤਾਰ ਨੂੰ ਬਰਕਰਾਰ ਰੱਖਣਾ ਹੈ, ਆਪਣੀ ਕੁਰਸੀ ਦੀ ਜਿਹੜੀ ਇੱਕ 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 ਪਰੰਪਰਾ ਹੁੰਦੀ ਹੈ ਉਹਨੂੰ ਅਸੀਂ ਕਾਇਮ ਰੱਖਣਾ ਕਿ ਉਹਨੂੰ ਕੰਪਰੋਮਾਈਜ਼ ਕਰਨਾ। ਵਧੀਆ ਇਹਨਾਂ ਨੇ ਫੈਸਲਾ ਕੀਤਾ, ਮੈਂ ਇਹਨਾਂ ਦੀ ਪੂਰੀ ਸਪੋਰਟ ਕਰਨਾ ਇਹਨਾਂ ਆਪਣੇ ਮੰਤਰੀ ਸਾਥੀਆਂ ਦੀ ਜੋ ਅੱਜ ਉਹਨਾਂ ਨੇ ਫੈਸਲਾ। ਬਾਇਓ ਸਾਹਿਬ, ਅਕਾਲੀ ਦਲ ਕਰਨ ਅਵਤਾਰ ਸਿੰਘ ਦੇ ਹੱਕ ਵਿੱਚ ਡਟਿਆ ਦਿਖਾਈ ਦੇ ਰਿਹਾ, ਤੇ ਮੇਰਾ ਸਵਾਲ ਇਹ ਹੈ ਸਰ, ਕਰਨ ਅਵਤਾਰ ਸਿੰਘ ਬਾਰੇ ਇਸ ਤੋਂ ਪਹਿਲਾਂ ਕਦੇ ਕੋਈ ਸਵਾਲ ਉੱਠਿਆ ਉਹਨਾਂ ਦੀ ਬਾਡੀ ਲੈਂਗੁਏਜ ਲੈ ਕੇ? ਹੁਣ ਰਿਟਾਇਰਮੈਂਟ ਦੇ ਨੇੜੇ ਆ ਕੇ ਸਵਾਲ ਉੱਠਦਾ ਪਿਆ, ਤਾਂ ਇਹ ਸਵਾਲ ਆਪਣੇ ਆਪ ਵਿੱਚ ਬਣ ਜਾਂਦਾ ਕਿ ਸਿਆਸਤ ਅਫਸਰਸ਼ਾਹੀ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਸਿਆਸਤ ਦੇ ਖਿਲਾਫ ਬੋਲੂਗਾ ਉਹਨੂੰ ਪਾਸੇ ਕਰ ਦਿਓ, ਇਹ ਅਕਾਲੀ ਦਲ ਇਲਜ਼ਾਮ ਲਗਾ ਰਿਹਾ। ਉਹ ਤੁਸੀਂ ਅਕਾਲੀ ਦਲ ਦੇ ਇਹ ਜਿਹੜੇ ਇਲਜ਼ਾਮਾਂ ਤੋਂ ਆਪਾਂ ਬਾਹਰ ਚੱਲੀਏ, ਅਕਾਲੀ ਦਲ ਦੇ ਵਿਚਾਰਿਆਂ ਕੋਲ ਆਪੋਜੀਸ਼ਨ ਦੇ ਵਿੱਚ ਕੋਈ ਹੋਰ ਮੁੱਦਾ ਹੈ ਨਹੀਂ, ਇਹੀ ਗੱਲ ਹੀ ਇਹਨਾਂ ਨੇ ਕਹਿਣੀ ਹੈ। ਬਟ ਇਹਦੇ ਵਿੱਚ ਵੇਖੋ ਗੱਲ ਇਸ ਤਰ੍ਹਾਂ ਹੁੰਦੀ, ਜਦੋਂ ਇੰਸੀਡੈਂਟ ਕੇਪੀ ਜੀ ਜਿਸ ਵਕਤ ਕੋਈ ਗੱਲ ਹੁੰਦੀ ਹੈ ਉਦੋਂ ਹੀ ਲੋਕਾਂ ਨੇ ਗੱਲ ਕਰਨੀ ਹੁੰਦੀ ਹੈ। ਜੇ ਇਸ ਤੋਂ ਪਹਿਲੇ ਕਰਨ ਅਵਤਾਰ ਸਿੰਘ ਹੋਣਾ ਦਾ ਐਟੀਟਿਊਡ ਠੀਕ ਰਿਹਾ ਤੇ ਕਿਸੇ ਨੇ ਕਦੀ 3 ਸਾਲ 'ਚ ਉਹਨਾਂ ਦਾ ਵਿਰੋਧ ਨਹੀਂ ਕੀਤਾ। ਜਦੋਂ ਉਹਨਾਂ ਨੇ ਚੀਜ਼ ਵੇਖੀ ਹੈ ਕਿ ਸਾਨੂੰ ਤੇ ਨਿਰਾ ਇਹਨਾਂ ਰਬੜ ਸਟੈਂਪ ਹੀ ਬਣਾ ਲਿਆ, ਅਸੀਂ ਮਿਨਿਸਟਰਸ ਆ, ਕੈਬਨਿਟ ਕੁਲੀਗਸ ਆ, ਇੱਥੇ ਜਿਹੜੀ ਵੀ ਕੋਈ ਚੀਜ਼ ਹੋਣੀ ਹੈ ਥਰੈਡ ਬੇਅਰ ਡਿਸਕਸ਼ਨ ਹੋਣੀ ਚਾਹੀਦੀ, ਥਰੈਡ ਬੇਅਰ। ਤੇ ਜਦੋਂ ਇਹ ਜਵਾਬ ਦੇਣ ਨੂੰ ਸਾਡਾ ਜਿਹੜਾ ਅਸੀਂ ਇਹਨਾਂ ਨੂੰ ਸੁਝਾਓ ਦਿੰਦੇ ਹਾਂ, ਸਾਡਾ ਸੁਝਾਓ ਲੈਣ ਵਾਸਤੇ ਤਿਆਰ ਨਹੀਂ, ਉਸ ਐਟੀਚਿਊਡ ਤੋਂ ਫਿਰ ਉਹ ਪਰੇਸ਼ਾਨ ਹੋ ਕੇ ਉੱਠ ਕੇ ਗਏ ਨੇ। ਤੇ ਉਸ ਗੱਲ ਕਾਰਨ ਬਾਡੀ ਲੈਂਗੁਏਜ ਦਾ ਮਤਲਬ ਕੀ ਹੈ? ਤੁਹਾਡੇ ਤੁਸੀਂ ਜਿਸ ਚੈਨਲ ਵਾਸਤੇ ਕੰਮ ਕਰਦੇ ਹੋ ਕੇਪੀ ਜੀ, ਤੁਹਾਡੇ ਮਾਲਕ ਤੁਹਾਨੂੰ ਫੋਨ ਤੇ ਕੋਈ ਗੱਲ ਕਹਿਣ, ਤੁਸੀਂ ਮਾਲਕਾਂ ਨੂੰ ਜਵਾਬ ਇਹੋ ਜਿਹਾ ਦਿਓ ਕਿ ਮੈਨੂੰ ਕੀ ਸਮਝਾਉਂਦੇ ਹੋ, ਇਹ ਮੈਨੂੰ ਨਾ ਸਮਝਾਓ, ਮੈਨੂੰ ਸਾਰਾ ਕੁਝ ਜਾਣਕਾਰੀ ਹੈ। ਤੇ ਮਾਲਕ ਵੀ ਆਵਾਜ਼ਾਰ ਹੋ ਜਾਂਦਾ ਕਿ ਯਾਰ ਇਹ ਮੈਨੂੰ ਰਿਪ੍ਰੈਜੈਂਟ ਕਰਦਾ ਤੇ ਮੈਨੂੰ ਹੀ ਇਹ ਗੱਲ ਸਮਝਾਈ ਜਾਂਦਾ ਕਿ ਮੈਨੂੰ ਕੋਈ ਗੱਲ ਨਾ ਸਮਝਾਓ। ਸੋ ਇਟਸ ਬੇਸਿਕਲੀ ਇਸ ਕਿਸਮ ਦੇ ਐਟੀਚਿਊਡ ਦੇ ਕਾਰਨ ਹੀ ਉੱਠ ਕੇ ਗਏ ਨੇ। ਉਹਨਾਂ ਨੇ ਅਜੇ ਕੋਈ ਆਪਣੇ ਵੱਲੋਂ ਤਾਂ ਕੋਈ ਇਲਜ਼ਾਮ ਨਹੀਂ ਲਗਾਇਆ, ਇਲਜ਼ਾਮ ਇਹੀ ਲਾਇਆ ਕਿ ਇੰਨਾ ਪੈਸਾ ਘੱਟ ਰਿਹਾ, ਤੁਸੀਂ ਸਾਨੂੰ ਜਵਾਬ ਦੇਣ ਨੂੰ ਰਾਜ਼ੀ ਨਹੀਂ। ਅਸੀਂ ਜਦੋਂ ਤੁਹਾਨੂੰ ਕਿਹਾ ਕਿ ਇਹ ਰਿਮਾਰਕ ਕਰੋ, ਬੰਦਾ ਕੌਣ ਰਿਸਪੋਂਸੀਬਲ ਹੈ ਇਸ ਘਾਟੇ ਦਾ, ਤੇ ਜਦੋਂ ਤੁਸੀਂ ਸਾਨੂੰ ਜਵਾਬ ਦੇ ਕੇ ਰਾਜ਼ੀ ਨਹੀਂ, ਜਿਹੜਾ ਸਾਡੇ ਵੱਲੋਂ ਕੋਈ ਤੁਹਾਨੂੰ ਰਿਕਮੈਂਡੇਸ਼ਨ ਆ ਰਹੀ ਹੈ ਜਾਂ ਸੁਝਾ ਰਹੇ ਆ ਉਹ ਤੁਸੀਂ ਮੰਨਣ ਨੂੰ ਤਿਆਰ ਨਹੀਂ, ਤੇ ਅਸੀਂ ਇੱਥੇ ਬੈਠੇ ਕਰਨੇ, ਉੱਠ ਕੇ ਚਲੇ ਗਏ। ਸਰ, ਕਰਨ ਅਵਤਾਰ ਸਿੰਘ ਤੁਹਾਨੂੰ ਬੇਈਮਾਨ ਲੱਗਦੇ ਆ? ਨਹੀਂ, ਮੈਂ ਇਹ ਤਾਂ ਆਈ ਐਮ ਨੋਟ ਅ ਜੱਜ। ਵੇਖੋ ਕੇਪੀ ਜੀ, ਇਹ ਮੇਰਾ ਕਹਿਣਾ ਚੰਗਾ ਨਹੀਂ ਲੱਗਦਾ ਇਹ ਕਿ ਕੌਣ ਨੇ ਤੇ ਕੌਣ ਨਹੀਂ ਨੇ। ਇਹ ਤੇ ਜਿਹੜਾ ਅੱਜ ਇਲਜ਼ਾਮ ਲੱਗਿਆ ਉਸ ਇਲਜ਼ਾਮ ਦਾ ਜਿਹੜਾ ਹੈ ਪ੍ਰੋਬ ਚੀਫ ਮਿਨਿਸਟਰ ਸਾਹਿਬ ਕਰਨ, ਲੋਕਾਂ ਨੂੰ ਦੱਸਣ। ਜੇ ਇਮਾਨਦਾਰ ਨੇ, ਇਹਨਾਂ ਦੇ ਲੜਕੇ ਦਾ ਕੋਈ ਰੋਲ ਨਹੀਂ, ਫਿਰ ਗਵਰਨਮੈਂਟ ਨੂੰ ਇੱਕ ਅੱਧੇ ਦਿਨ 'ਚ ਆਪਣੀ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਹੈ। ਜੇ ਉਹਨਾਂ ਨੂੰ ਨਜ਼ਰ ਆ ਜਾਏ ਕਿ ਉਹਨਾਂ ਨੂੰ ਨਹੀਂ ਸੀ ਪਤਾ ਤੇਨੇ ਦੇ ਲੜਕੇ ਦਾ ਇੰਟਰਸਟ ਸੀ ਤੇ ਇੰਟਰਸਟ ਆਫ ਕਨਫਲਿਕਟ ਹੈ, ਫਿਰ ਚੀਫ ਸੈਕਟਰੀ ਸਾਹਿਬ ਕੋਈ ਜਗ੍ਹਾ ਖਾਲੀ ਕਰਾ ਕੇ ਕੋਈ ਚੰਗਾ ਆਦਮੀ ਜਿਹੜਾ ਚੀਫ ਸੈਕਟਰੀ ਦੀ ਜਗ੍ਹਾ ਤੇ ਲਾਣਾ ਚਾਹੀਦਾ ਜੀ। ਕੈਪਟਨ ਅਮਰਿੰਦਰ ਸਿੰਘ ਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਤਾਂ ਨਹੀਂ ਚੁੱਕ ਰਹੇ ਅਫਸਰ, ਤੁਹਾਨੂੰ ਇਹ ਲੱਗਦਾ? ਇਹ ਵੀ ਹੋ ਸਕਦਾ, ਕਿਉਂਕਿ ਕੈਪਟਨ ਸਾਹਿਬ ਬਜ਼ਾਤੇ ਖੁਦ ਤੇ ਬਹੁਤ ਸ਼ਰੀਫ ਆਦਮੀ ਨੇ, ਹੋ ਸਕਦਾ ਇਸ ਗੱਲ ਦਾ ਫਾਇਦਾ ਚੁੱਕ ਰਹੇ ਹੋ। ਜਾਖੜ ਸਾਹਿਬ ਦੇ ਇਸ ਬਿਆਨ ਨਾਲ ਤੁਸੀਂ ਇਤਫਾਕ ਰੱਖਦੇ ਹੋ ਇਹਦਾ ਮਤਲਬ? 110% ਜੀ, ਜਾਖੜ ਸਾਹਿਬ ਸਾਡੇ ਪ੍ਰਧਾਨ ਨੇ, ਮੈਂ ਕਿਸ ਤਰ੍ਹਾਂ ਹੋ ਸਕਦਾ ਇਤਫਾਕ ਨਾ ਰੱਖਾਂ ਜੀ। ਪ੍ਰਤਾਪ ਸਿੰਘ ਬਾਜਵਾ, ਜਿਹੜਾ ਸਵਾਲ ਸ਼ਰਾਬ ਠੇਕੇਦਾਰਾਂ ਦਾ ਉੱਠ ਰਿਹਾ, ਸ਼ਰਾਬ ਕਾਰੋਬਾਰੀਆਂ ਦਾ ਉੱਠ ਰਿਹਾ, ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਸੀ, ਤੁਸੀਂ ਉਸਦਾ ਜਵਾਬ ਨਹੀਂ ਦਿੱਤਾ ਗਾ, ਮੈਂ ਦੁਬਾਰਾ ਫਿਰ ਉਹ ਸਵਾਲ ਕਰ ਰਿਹਾ ਕਿ ਸ਼ਰਾਬ ਕਾਰੋਬਾਰੀ ਤਾਂ ਸਰਕਾਰ ਨਹੀਂ ਚਲਾ ਰਹੇ? ਹਾਂਜੀ, ਸ਼ਰਾਬ ਹਾਂਜੀ, ਸ਼ਰਾਬ ਕਾਰੋਬਾਰੀ ਤਾਂ ਸਰਕਾਰ ਨਹੀਂ ਚਲਾ ਰਹੇ? ਨਹੀਂ, ਕਾਰੋਬਾਰੀ ਤੇ ਕਾਰੋਬਾਰ ਵਾਲੀ ਚਲਾਉਂਦੇ ਨੇ ਜੀ, ਇਹ ਕਾਰੋਬਾਰ ਉਹਨਾਂ ਲੋਕਾਂ ਕੋਲ ਹੈ ਜਿਨ੍ਹਾਂ ਕੋਲ ਅੱਜ ਤੋਂ 30-30 ਸਾਲ ਦਾ ਕਾਰੋਬਾਰ ਹੈ, ਕੋਈ ਨਵਾਂ ਕਾਰੋਬਾਰ ਨਹੀਂ। ਇਹਦੇ ਵਿੱਚ ਇੰਨਾ ਕੁ ਫਰਕ ਪੈ ਜਾਂਦਾ ਕਿ ਇਹ ਕਾਰੋਬਾਰੀ ਸੇਮ ਹੀ ਨੇ, ਦੇ ਆਰ ਦੀ ਸੇਮ ਪੀਪਲ। ਇਹ ਹੈ ਕਿ ਹੁਣ ਇਨਫਲੂਐਂਸ ਇਹਨਾਂ ਦਾ ਵੱਧ ਗਿਆ। ਅੱਗੇ ਜਿਹੜਾ ਸੀ ਗਵਰਨਮੈਂਟ ਪੋਲਿਸੀ, ਵੇਖੋ ਦੋ ਚੀਜ਼ਾਂ ਮੋਟੀਆਂ ਨੇ, ਤੁਸੀਂ ਠੇਕੇ ਕੋਈ ਬਿਜ਼ਨਸ ਕਰਨਾ ਕੋਈ ਮਾੜਾ ਗੱਲ ਨਹੀਂ, ਵੱਡਾ ਬਿਜ਼ਨਸ 'ਚ ਹੋਣਾ ਵੀ ਕੋਈ ਮਾੜੀ ਗੱਲ ਨਹੀਂ, ਬਟ ਗਵਰਨਮੈਂਟ ਨੂੰ ਜੋ ਤੁਸੀਂ ਇੱਕ ਚੀਜ਼ ਕਹੀ ਹੈ, ਗਵਰਨਮੈਂਟ ਨੇ ਜਿੰਨਾ ਰੈਵਨਿਊ ਚਾਹੀਦਾ ਸੀ, ਜੇ ਰੈਵਨਿਊ ਪੂਰਾ ਆ ਜਾਂਦਾ ਦੇ ਵਾਜ਼ ਨਥਿੰਗ ਰੋਂਗ ਇਨ ਦੀ ਪੋਲਿਸੀ। ਮੇਰੀ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਤੁਸੀਂ ਇੱਕ ਟਾਰਗੇਟ ਦਿੱਤਾ, ਤੁਸੀਂ ਕੇਪੀ ਜੀ ਮੈਨੂੰ ਕਹਿੰਦੇ ਹੋ ਕਿ ਤੁਸੀਂ ਆਹ ਰੈਸਟੋਰੈਂਟ ਰਨ ਕਰਨਾ, ਤੁਸੀਂ ਮੇਰੇ ਮੈਨੇਜਰ ਹੋ, ਤੁਸੀਂ ਮੈਨੂੰ ਕਹਿੰਦੇ ਹੋ ਜੀ ਕਿ ਆਹ ਠੇਕੇ ਤੇ ਮੈਨੂੰ ਆਪਣਾ ਰੈਸਟੋਰੈਂਟ ਦਿਓ, ਮੈਂ 1 ਲੱਖ ਰੁਪਇਆ ਮਹੀਨਾ ਤੁਹਾਨੂੰ ਇਹਦਾ ਦੇਵਾਂਗਾ, ਉਹਦੀ ਜਗ੍ਹਾ ਤੇ ਤੁਸੀਂ ਮੈਨੂੰ 20,000 ਰੁਪਇਆ ਦਿੰਦੇ। ਮੈਂ ਤੁਹਾਨੂੰ ਪੁੱਛਣਾ ਕਿ ਜਦੋਂ ਮੈਂ ਤੁਹਾਨੂੰ ਠੇਕੇ ਤੇ ਦਿੱਤਾ ਸੀ ਰੈਸਟੋਰੈਂਟ, ਤੁਸੀਂ 1 ਲੱਖ ਰੁਪਏ ਤੇ ਲਿਆ ਸੀ, ਮੈਨੂੰ 20,000 ਰੁਪਇਆ ਦਿੰਦੇ, 80 ਕਿੱਧਰ ਗਿਆ? ਤੋ ਅਸੀਂ ਵੀ ਇਹੀ ਗੱਲ ਪੁੱਛਦੇ ਹਾਂ ਕਿ ਗਵਰਨਮੈਂਟ ਨੇ ਆਪਣੀ ਆਮਦਨ ਆਪਣੇ ਮਹਿਕਮੇ ਸਾਰ, ਵੇਖੋ
मनप्रीत सिंह बादल को जेड़ा पैसा आएगा उन्हें सड़कों वास्ते लाना है, स्कूलों वास्ते लाना है, अस्पतालों वास्ते लाना है, तनखावां विच देना है, पेंशन विच देना है, गरीबां दे हर किस्म के आटा दाल के पैसे देने, जे वो टारगेट अचीव नहीं होएगा तो फाइनेंस मिनिस्टर अपने जेड़े खर्चे बाकी बाकी महकमे च कीते वो सारे जने खत्म हो जाएंगे जी। सेंटर विचों इस टाइम सपोर्ट कोई नहीं आ रही, कोविड 19 दे विच कोरोना वायरस दे 4400 करोड़ रुपया अजे भी पंजाब दे जिहड़े GST दे एरियर्स ने अजे सेंटर सरकार ने वापस नहीं कीते, सरकार चलेगी किस तरह? थोड़ा जे इहदे विच सिस्टम नूं ठीक करन दी लोड़ है, वड्डी गल आ। चलो एक होर छोटा ब्रेक, उन्हां नूं बंद करो, जिहड़े चोर बोरियां ने उन्हां नूं बंद करन दी लोड़ है। ठीक है, एक होर छोटा ब्रेक लऊंगा, आखिरी हिस्से विच असीं होवांगे। कोई सवाल तुहाडे तों होर लैणे हैगे आ, करन ते कोरोना ने क्यों पढ़ने पाई कैप्टन कैपलेट, यह सवाल बड़ा महत्वपूर्ण है, तो ब्रेक तो बाद वापस आके इस नाल जुड़े होर सवाल होंगे। सवाल एक पूछ रहे, बड़ा सवाल अभी पूछ रहे हैं, करण ते कोरोना संकट में उलझी कैबिनेट ने कैप्टन हथ पंजाब की कड़ी चाबी सौंपी। बायो साहब, तुसी पॉलिसी मैटर का जिक्र कर रहे थे, जे पॉलिसी मैटर के विचाले जे खुद कारोबारी आप होंगे, ये विरोधी भी सवाल चुक रहे हैं कि है उदो पॉलिसी पर प्रभाव तो पवेगा, जे तुसी मुख सकत्तर करण अवतार सिंह ते इल्जाम लगे इल्जामों का वार वार जिक्र कर सकते हो, तो फिर जे सियासतदान इस कारोबार में लगे हुए हैं उन्होंने जिक्र क्यों नहीं करते? मैनू कोई नाम लै दो। तुम नाम नहीं लै सकते सर, विरोधी तुहाडे नाम लै रहे हैं कि तुहाडे विरोधी नाम लै रहे हैं, सेहत मंत्री खुद इस कारोबार में इनवॉल्व है, तो पॉलिसी मैटर में सहयोग की देंगे? देखो नहीं, मैं इस गल एग्री नहीं करता कि सेहत मंत्री भावें कारोबार करते हो या उन्होंने रिश्तेदार करते हो, मेरा ख्याल नहीं। देखो अजे तक फिर इस तो पहले क्यों नहीं इल्जाम लाया जी, ये अज जो ये कह रहे ने सेहत मंत्री का, इन्होंने पहले जिक्र क्यों नहीं किया? सो मैं देखो ये इस गल मैं एग्री नहीं करता, यदा जवाबदेह जोड़ा या मंत्री होंगे या सैकटरी होंगे, महकमा है कैप्टन साहब को, सैकटरी ने चीफ सैकटरी जोड़े महकमे तो चीफ सैकटरी ही यदा साफ दे, हुण जे चीफ सैकटरी आप कटहरे च खड़ा किया तो ना दसे ये ले ना, ना जिस तरह लोग चीफ सैकटरी का चीफ सैकटरी के लड़के का कह रहे हैं तो चीफ सैकटरी हुण की होया, ये कोई गुंगे बोले तो है नहीं, ये आप बाहर निकल के दसन कि जी आ बंदे इनवॉल्व ने या आ बंदे दा मेरे ते प्रेशर है, प्रताप सिंह बाजवा का जवाब किस तरह दे सकता? आई एम नॉट पार्ट ऑफ द गवर्नमेंट। सर विरोधी तो चलो तुम कह रहे हो कि हुण क्यों सवाल चुक रहे हैं, मुख सकत्तर करण अवतार सिंह के नाम बारे चर्चे भी हुण शुरू होए है, इस तो पहले उन्होंने इनवॉल्वमेंट कदे नजर नहीं आई तुहाडे पोलिटिकल लीडरां नूं तुहाडे साथियों नूं? देखो मैं इस गल दा केपी जी जवाब नहीं दे सकता, देखो आई एम नॉट अ पार्ट ऑफ दिस कैबिनेट, ना मैं असैम्बली का हिस्सा ही हाँ, मैं तो मैंबर ऑफ पार्लीमेंट, यह रौला पिया तो ये मैं भी शरीक हो गया, इस रौले दे विच मैं भी शरीक होया, जो जो मैनू पता लगा मैं तुहाडे नाल सांझा कर रहा, उस तो पहले मैं कहां कि मैनू कोई अलार्म हो जाना सी या मैनू कोई ये कोई आवाज अंदरूनी आवाज आ जानी सी, वो ते कोई एहो जिहा इशू है नहीं, गल ते जदों मसला उठदा है उदों ही गल उहदे चों बाहर निकलदी है, ये पित्तरां हुण जे खुल रहीयां ने उहदा मतलब है कि लोकां दे विच इक सुलग दी अग जरूर होएगी इस गल दे खिलाफ कि पैसे क्यों घट रहे ने, इह स्मगलिंग क्यों नहीं रोकी जा रही, ये जिहड़े ये जिहड़ियां डिस्टिलरियां ने दो नंबर दी शराब कढ के जिहड़ियां वेच रहीयां ने इह क्यों नहीं रोकिया जा रहा, ये सारिया चीज़ां ते ओबवियसली हुण चीफ मिनिस्टर साहब नूं खुद इहदा जवाब देना चाहीदा। सर करफ्यू च पंजाब च शराब मिलती रही है? सारे हिंदुस्तान च मिल जाती, पंजाब नूं ते गल ही छड्डो, ये अमेरिका च मिल जाती रही है ते पंजाब ते है ही पासे दा, कोई रोक नहीं सी, कोई रोक नहीं सी पंजाब विच शराब दी, जित्थों मर्जी लै लो, नहीं इहने कीता रोक नहीं सी, मिल जाती है जी, दुबई विच मिल जाती है जी, मैं करफ्यू दौरान गल कर रहा सर, करफ्यू दौरान जिते पिछले 17 सालां दे विच प्रोहिबिशन है उत्थे मिल जाती, तो पंजाब की गल करते पंजाब तो रज के मिलती रही, ता ही रश घटे ठेकियां ते, यानी कि लॉ एंड ऑर्डर पंजाब विच ओदी सख्ती नाल पालना नहीं हो पा रही? नहीं मैं ये नहीं गल कही, भी चोर दरवाजे ने इन्हां गल्लां ते तुसीं समझदे हो पालना जिन्हां ने पालना करानी हुंदी ओह ही पछवा दिंदे ने। तुसीं सर बायो साहब कह भी रहे हो तो यह भी नहीं कह रहे, मैं ये नहीं कह रहा गा, गृह विभाग भी कैप्टन अमरिंदर सिंह को ले आ, एक्साइज वाला भी कैप्टन अमरिंदर सिंह को ले आ, तुहाडे सारे टारगेट कैप्टन अमरिंदर सिंह है, उसके बावजूद तुसीं कहिंदे कैप्टन साहब की शराफत का नजायज़ फायदा चुक रहे ने अफसर, इहदा मतलब की समझा जाए सर? इहदा मतलब तुसीं आप समझो, जिहड़े सुनने वाले वो समझो या जिहड़ा मैनूं सवाल करन वाला वो समझे, हुण मैं रोटी जिहड़ी है वो तुहाडे मूँह विच पाउण तों तरिया, इह तां तुहानूं आप ही खाणी पैणी है जिहड़ी तुहाडे सामने प्लेट च पई। अच्छा बाजा साहब एक सवाल यह भी है, जे हुण ये कन्फलिक्ट जिन की गल करते हो कन्फलिक्ट अफसरां विचाले
ते सियासी सियासतदानों विचाले ये भी वधेगा तो हो सकता कि अफसर भी कोई अंदर खाते योजी तैयारी करी बैठे होने के असी भी इन्हों फाइलों कट के बाहर लिया हैं फिर तो मामला सर बहुत वध जूगा ना तुहानू लगता नहीं नहीं बिल्कुल 110% मैनू पता है कैप्टन अमरिंदर सिंह बड़े सियाने ने जदों इस हद तक गल पहुंच गई है मैनू पूर्ण विश्वास है कि वह अपने साथियों का साथ देंगे ते करन अवतार सिंह नू मेरी गल नोट कर लो के पी जी तुहानू पहले भी 16 हफ्ते गए सी हुण भी कहन लगा चंद दिन बाद मैनू पता है चीफ सैकटरी नू मार्चिंग ऑर्डरस दे दिते जाणगे तुहानू इह लगता कि कैबिनेट ने कैप्टन अमरिंदर सिंह नाल समझौता कर लिया जां कैप्टन अमरिंदर सिंह ने कैबिनेट नू मना लिया मैं इन्हां चों कुछ नहीं कह सकता क्योंकि मैं हाथ देखण दे प्रोफेशन विच है नहीं ना मैं कोई एस्ट्रोलॉजर ही हाँ सियासी सूझबूझ मैनू इन्नी है कि हुण हालात उत्थों तक पहुँच गए ने कि हुण चीफ सैकटरी जिहड़ा है इहनू मार्चिंग ऑर्डरस देने ही पैणगे ते दे दित्ते जाणगे चंद दिन तुसीं सुणोगे कि चीफ सैकटरी साहब नूं कहता कि चुप हो के चलो ते रिटायरमेंट दा माण भोगो ਤੇ ਸਰ ਜਿਹੜੀ ਗੱਲ ਤੁਸੀਂ ਕਰਨ ਅਵਤਾਰ ਸਿੰਘ ਬਾਰੇ ਕਹਿ ਰਹੇ ਹੋ ਥੋੜੇ ਦਿਨਾਂ ਬਾਅਦ ਇਹ ਚਲੇ ਜਾਣਗੇ ਫਿਰ ਇਹ ਤਾਂ ਲੱਗਦਾ ਪਿਆ ਐਸਟ੍ਰੋਲੋਜਰ ਹੋ ਤੁਸੀਂ ਨਹੀਂ ਮੈਂ ਐਸਟ੍ਰੋਲੋਜਰ ਨਹੀਂ ਮੈਂ ਆਪਣਾ ਅੰਦਾਜ਼ਾ ਸਿਆਸੀ ਅੰਦਾਜ਼ੇ ਦੀ ਮੈਂ ਗੱਲ ਕਰ ਰਿਹਾ ਗਲਤ ਵੀ ਮੈਂ ਕਈ ਵਾਰ ਹੋ ਸਕਦਾ ਪਰ ਜਰਨਲੀ ਮੇਰੇ ਪੋਲੀਟੀਕਲ ਅੰਦਾਜ਼ੇ ਠੀਕ ਹੀ ਨਿਕਲਦੇ ਅੱਛਾ ਸਰ ਇੱਕ ਹੋਮ ਡਿਲੀਵਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਹੋਮ ਡਿਲੀਵਰੀ ਦਾ ਇਕੱਲਾ ਵਿਰੋਧ ਕਿਉਂ ਸ਼ਰਾਬ ਤਾਂ ਤੁਸੀਂ ਕਹਿੰਦੇ ਹੋ ਕਿ ਵੈਸੇ ਹੀ ਲੋਕਾਂ ਤੱਕ ਪਹੁੰਚੀ ਹੋਈ ਹੈ ਫਿਰ ਹੋਮ ਡਿਲੀਵਰੀ ਦਾ ਵਿਰੋਧ ਖੜਾ ਕਰਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਤੁਸੀਂ ਮੈਨੂੰ ਕੇਪੀ ਜੀ ਦੱਸੋ ਵੇਰਕੇ ਦਾ ਘਿਓ ਵੇਰਕੇ ਦਾ ਦੁੱਧ ਤੇ ਘਰੋਂ ਘਰ ਮੈਂ ਸੁਣਿਆ ਪਹੁੰਚਦਾ ਦੁੱਧ ਹੀ ਆ ਕੇ ਸਵੇਰੇ ਦੁੱਧ ਪਾਉਂਦੇ ਕੋਈ ਸ਼ਰਾਬ ਨਵੀਂ ਗੱਲ ਮੈਂ ਸੁਣੀ ਤੁਸੀਂ ਵੇਖੋ ਕੱਲ੍ਹ ਤੁਸੀਂ ਸਾਡੇ ਤੋਂ ਪਹਿਲੇ ਕੇਪੀ ਜੀ ਦੋ ਕੁਲੀਗਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਤੇ ਕੈਬਨਿਟ ਕੁਲੀਗ ਹੈ ਭਾਰਤ ਭੂਸ਼ਣ ਆਸ਼ੂ ਉਹਨਾਂ ਦੀ ਆਪਣੀ ਧਰਮ ਪਤਨੀ ਜਿਹੜੀ ਹੈ ਸਾਡੀ ਭੈਣ ਉਹ ਮਿਊਨਸੀਪਲ ਕਾਉਂਸਲਰ ਵੀ ਹੈ ਲੁਧਿਆਣੇ ਉਹਨਾਂ ਨੇ ਆਪ ਇੱਕ ਟਵੀਟ ਕਰਕੇ ਕੈਪਟਨ ਸਾਹਿਬ ਨੂੰ ਗੁਹਾਰ ਪਾਈ ਹੈ ਕਿ ਅਸੀਂ ਸਾਡੀ ਪਾਰਟੀ ਜੋ ਤੱਕ ਚਾਹੀ ਅਸੀਂ ਲੋਕਾਂ ਨੂੰ ਇਹ ਯਕੀਨ ਦਵਾਇਆ ਸੀ ਕਿ ਨਸ਼ਾ ਅਸੀਂ ਇੱਥੋਂ ਖਤਮ ਕਰਾਂਗੇ ਨਾਟ ਸ਼ਰਾਬ ਸ਼ਰਾਬ ਤੇ ਚਲੋ ਕਿਉਂਕਿ ਲੀਗਲਾਈਜ਼ਡ ਹੈ ਅਸੀਂ ਉਹਦੀਆਂ ਬੋਲੀਆਂ ਕਰਦੇ ਹਾਂ ਬਟ ਇਹਦੇ ਵਿੱਚ ਡੋਮੈਸਟਿਕ ਵਾਇਲੈਂਸ ਵਧੇਗਾ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਕਿਸ ਕਿਸਮ ਦੀ ਪ੍ਰੇਰਨਾ ਦੇਵਾਂਗੇ ਗਵਰਨਮੈਂਟ ਪ੍ਰਤੀ ਉਸ ਤੋਂ ਬਾਅਦ ਰਾਜਾ ਵੜਿੰਗ ਉਹਨਾਂ ਦੇ ਵਾਈਫ ਉਹ ਵੀ ਇਹ ਦੋਨੋਂ ਬੀਵੀਆਂ ਵੀ ਨੇ ਤੇ ਮਾਵਾਂ ਵੀ ਨੇ ਕੱਲ੍ਹ ਮਦਰਸ ਡੇ ਸੀ ਮੈਂ ਉੱਥੇ ਗੱਲ ਕਹੀ ਸੀ ਕੈਪਟਨ ਸਾਹਿਬ ਇਹ ਫੈਸਲਾ ਐਂਟੀ ਪੰਜਾਬ ਹੈ ਇਹ ਐਂਟੀ ਪੀਪਲ ਹੈ ਇਹ ਲੋਕਾਂ ਦੇ ਸੈਂਟੀਮੈਂਟਸ ਦੇ ਅਗੇਂਸਟ ਜਾਂਦਾ ਇਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਹਦੀ ਪਛਾਣ ਵੱਡੇ ਖਿਡਾਰੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਇਹਨਾਂ ਨਾਲ ਹੋਈ ਹੈ ਇਸ ਕਿਸਮ ਦਾ ਕੰਮ ਆਪਾਂ ਨਾ ਕਰੀਏ ਇਹ ਗਵਰਨਮੈਂਟ ਦੀ ਪਰਸੈਪਸ਼ਨ ਵਿਗਾੜਨੀ ਸ਼ਰਾਬ ਤੇ ਜਿਹਨੇ ਲੈਣੀ ਉਹਨੇ ਮਗਾ ਹੀ ਲੈਣੀ ਹੈ ਉਹਦੇ ਕੋਲ ਘਰਾਂ 'ਚ ਆਲਰੇਡੀ ਸਾਰਿਆਂ ਕੋਲ ਪਈ ਹੈ ਇਹ ਕੰਮ ਨਾ ਕਰੀਏ ਨਵਾਂ ਇੱਕ ਇਹ ਜਿਹੜਾ ਹੈ ਪਰੰਪਰਾ ਜਿਹੜੀ ਹੈ ਇਹ ਪਿਰਤ ਜਿਹੜੀ ਹੈ ਪੰਜਾਬ ਦੀ ਚੰਗੀ ਨਹੀਂ ਪਿਰਤ ਪਏਗੀ ਇਸ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋਮ ਡਿਲੀਵਰੀ ਸ਼ੁਰੂ ਹੋ ਜਾਣੀ ਹੈ ਅਜੇ ਤਾਂ ਸ਼ਰਾਬ ਤੋਂ ਸ਼ੁਰੂ ਕਰੋ ਫਿਰ ਕੋਈ ਹੋਰ ਕੰਮ ਸ਼ੁਰੂ ਹੋ ਜਾਏਗਾ ਇਸ ਤੋਂ ਬਾਅਦ ਹੋਮ ਡਿਲੀਵਰੀ ਵਾਲਾ ਕੀ ਰੋਕੋਗੇ ਫਿਰ ਤੁਸੀਂ ਸਰ ਇਹ ਔਰਤਾਂ ਵੱਲੋਂ ਵਿਰੋਧ ਕੀਤਾ ਗਿਆ ਉਹ ਸਿਆਸੀ ਲੀਡਰਾਂ ਨਾਲ ਸੰਬੰਧ ਰੱਖਦੇ ਆ ਉਹ ਆਪ ਖੁਦ ਸਿਆਸਤ ਵਿੱਚ ਹੈ ਬਾਇਓ ਸਾਹਿਬ ਜਿਹੜੇ ਔਰਤਾਂ ਦੇ ਨਾਮ ਤੇ ਠੇਕੇ ਲਏ ਜਾਂਦੇ ਆ ਲਾਇਸੈਂਸ ਲਏ ਜਾਂਦੇ ਆ ਉਹਨਾਂ ਬਾਰੇ ਕਦੇ ਕੋਈ ਕੁਛ ਨਹੀਂ ਬੋਲਦਾ ਮੇਰੇ ਨੋਟਿਸ ਤੇ ਕੋਈ ਹੈ ਨਹੀਂ ਕੋਈ ਹੈ ਤੇ ਮੈਨੂੰ ਦੱਸੋ ਮੈਂ ਨਹੀਂ ਕਦੀ ਕਿਸੇ ਦਾ ਸੁਣਿਆ ਕਿਸੇ ਔਰਤ ਦੇ ਨਾਂ ਤੇ ਠੇਕਾ ਕੋਈ ਖੁੱਲਿਆ ਹੋਵੇ ਜਾਂ ਔਰਤ ਦੇ ਨਾਂ ਤੇ ਕੋਈ ਠੇਕੇਦਾਰ ਔਰਤ ਹੋਵੇ ਮੈਂ ਨਹੀਂ ਸੁਣਿਆ ਇਟ ਇਜ਼ ਆ ਫਸਟ ਟਾਈਮ ਮੈਂ ਤੁਹਾਡੇ ਥਰੂ ਸੁਣ ਰਿਹਾ ਕਿ ਕਿਸੇ ਔਰਤ ਨੇ ਵੀ ਕਦੀ ਬੋਲੀ ਪਾਈ ਹੈ ਤੇ ਉਹਦੇ ਨਾਂ ਤੇ ਠੇਕਾ ਟੁੱਟਾ ਹੋਵੇ ਹਾਂਜੀ ਮੇਰਾ ਸਵਾਲ ਇਹ ਹੈਗਾ ਕਿ ਜਿਹੜਾ ਵਿਰੋਧੀ ਇਹ ਸਵਾਲ ਚੁੱਕਦੇ ਪਏ ਆ ਕਿ ਅਫਸਰਸ਼ਾਹੀ ਤੇ ਸਿਆਸਤ ਦੇ ਵਿਚਾਲੇ ਹੁਣ ਜਿਹੜੇ ਟਕਰਾਅ ਹੋ ਰਹੇ ਆ ਅਫਸਰਸ਼ਾਹੀ ਦੀ ਜਿਹੜੀਆਂ ਜਾਇਦਾਦਾਂ ਹੈਗੀਆਂ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਇਹ 10 ਸਾਲ ਜਿਹੜੇ ਰਹੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ 10 ਸਾਲ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਾਫੀਆ ਰਾਜ ਕੀਤਾ ਬੇਤਾਸ਼ਾ ਇੰਸਟੀਟਿਊਸ਼ਨਲਾਈਜ਼ਡ ਕਰਪਸ਼ਨ ਕੀਤੀ ਹੈ ਇਹ ਉਦੋਂ ਕੀ ਕਰਦੇ ਰਹੇ ਨੇ ਉਦੋਂ ਹੀ ਖਿਲਾ ਲੈਂਦੇ ਕੋਈ ਚੰਗੀ ਪਰੰਪਰਾ ਹੀ ਪਾ ਜਾਂਦੇ ਕਾਂਗਰਸ ਨੂੰ ਵੀ ਇਹ ਕੰਮ ਕਰਨਾ ਪੈ ਜਾਂਦਾ ਇਹ ਲੋਕਾਂ ਨੂੰ ਤੇ ਹੁਣ ਬੜੇ ਇਸ ਟਾਈਮ ਸਾਰੇ ਡਿਮਾਂਡ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਹੈ ਬਾਇਓ ਸਾਹਿਬ ਅੱਛਾ ਸੁਖਪਾਲ ਸਿੰਘ ਖਹਿਰਾ ਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਮੈਂ ਤੇ ਆਪੋਜੀਸ਼ਨ ਅਕਾਲੀ ਦਲ ਵਾਲਿਆਂ ਦੀ ਗੱਲ ਕਰਨਾ ਸਾਡੇ ਛੋਟੇ ਵੀਰ ਦਾ ਸੁਜੈਸ਼ਨ ਹਮੇਸ਼ਾ ਚੰਗਾ ਹੀ ਹੁੰਦਾ ਮੈਂ ਸਪੋਰਟ ਕਰੂੰਗਾ ਸੁਖਪਾਲ ਹੋਣਾ ਤੇ ਇਸ ਮੰਗ ਨੂੰ ਸੁਖਪਾਲ ਖਹਿਰਾ ਹਮੇਸ਼ਾ ਕੋਈ ਚੰਗੀ ਰਾਏ ਦਿੰਦੇ ਨੇ ਮੈਂ ਸਪੋਰਟ ਕਰਾਂਗਾ ਸੁਖਪਾਲ ਸਿੰਘ ਖਹਿਰਾ ਦੀ ਇਸ ਰਾਏ ਨੂੰ ਕਿ ਜ਼ਰੂਰ ਕਰਾਉਣੀਆਂ ਚਾਹੀਦੀਆਂ ਸਾਰਿਆਂ ਦੀਆਂ ਕਰਾਉਣੀਆਂ ਚਾਹੀਦੀਆਂ ਸੋ ਨਿਰੀ ਅਫਸਰਾਂ ਦੀ ਕਿਉਂ ਸਾਰੇ ਸਿਆਸੀ ਲੋਕਾਂ ਦੀ ਵੀ ਜਾਇਦਾਦ ਦੀ ਬਕਾਇਦਾ ਤੌਰ ਹੋਣੀ ਚਾਹੀਦੀ ਵਿਜੀਲੈਂਸ ਮਹਿਕਮਾ ਰੱਖੇ ਹੀ ਇਸੇ ਕੰਮ ਨੂੰ ਅਸੀਂ ਉਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਧਿਆਨ ਕਿਸੇ ਹੋਰ ਬੰਨੇ
चलो बहुत धन्यवाद प्रताप सिंह बाजवा, तुम बड़े सवालों के जवाब दते। हालांकि तुम्हें क्या कि कई सवालों के जवाब मैं नहीं दे सकता, तो तुम ये भी कई कई बार गल् कहती बच्चे कि मेरे मूँह में आपके शब्द ना पाओ, तुम ज़्यादा समझदार हो। तो रोटी वाली गल भी कहती, मसला हुण रोटी का हैगा तो करोना का हैगा, उस बारे मैं लगता गल नहीं हो पा रही। तो बाया साहब एक आखिरी सवाल जरूर करना चाहूँगा, कितने उन्होंने सारे मसलों पासे करने के लिए शराब के किस्से तो नहीं छेड़े जा रहे, शराब वायरस तो नहीं आ गया? नहीं, शराब का वायरस तो तुम वैसे वैसे भी करोना वालों को कहा जाता है कि हाथ भी जड़े ने वो शराब वाली कोई चीज़ के नाल हाथ धो गए तो बीमारी भी मारी जा सकती है। सो ये तो मैं कोई शराब शरूब का तो ये कोई तलक नहीं है, कोई ये कोई 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 सोची समझी साजिश मुताबक नहीं चीज़ हुई। लोगों में बड़ी देर की सुरख रही सी कि ठेके जड़े ने एक्साइज डिपार्टमेंट मिसमैनेज हो रहा है। ये वन ऑफ द बिगेस्ट मनी स्पिनर्स है पंजाब गवर्नमेंट वास्ते, जितों सारों वध आमदन। जे ये महकमा चंगी तरह ना चलिया तो साडे पंजाब नूं जिहड़ी ऑलरेडी एक बहुत वीक विकट ते साडी गवर्नमेंट की आर्थिक स्थिति, इहदे विच होर भी बहुत सारा नुकसान सानूं होएगा। सो इहदे विच हर पंजाबी सियासतदान चिंतित है, जिहदा अल्टीमेटली यह नतीजा निकल आया। हांजी चलो बहुत धन्यवाद प्रताप सिंह बाजवा, तुहाडा थैंक यू जी, बहुत शुक्रिया तुहाडा, मेहरबानी भी जी। ये सन पंजाब कांग्रेस के सबका प्रधान प्रताप सिंह बाजवा, मौजूदा राज्यसभा मैंबर, तो हमेशा कैप्टन अमरिंदर सिंह के खिलाफ बड़ी बेबाकी ना गल करने वाले। उन्होंने अपना पक्ष कई थावां ते रखिया, कई थावां तो आपदे आप नूं पासे भी किया है। ईवन कि उन्होंने ये भी गल कही है कि मैं कोई एस्ट्रोलॉजर नहीं हैगा गा, पर सियासत दे विचाले इहो जे क्यास लाए जाने, इहो जे अंदाजे लाए जाने, तो करण अवतार सिंह रहणगे कि नहीं रहणगे, तो करण ते कैबिनेट चों किसदा प्रताप, ये वो प्रताप है जिहड़े प्रताप सिंह बाजवा का सवाल सीगा, पर यो प्रताप भी है कि करण ते कैबिनेट चों किस्ती चलेगी। सवाल बड़े महत्वपूर्ण है कि पर इन्हां सवालों के विचाले कैप्टन अमरिंदर सिंह इस वेले कसूती स्थिति में फसे हुए हैं। बहुत धन्यवाद।